ਹਾਂਜੀ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸੰਤਵੀਰ ਸਰ ਆਪਣੇ ਚੈਨਲ ਤੇ ਤੇ ਅੱਜ ਦੇਖੋ ਆਪਾਂ ਗੱਲ ਕਰ ਰਹੇ ਸੀ ਕਿੱਸਾ ਕਵੀਆਂ ਦੀ ਹੈਨਾ ਤੇ ਕਿੱਸਾ ਕਵੀਆਂ ਬਾਰੇ ਆਪਾਂ ਨੂੰ ਕਾਫੀ ਜਾਣਕਾਰੀ ਮਿਲੀ ਵੀ ਜਿਹੜਾ ਇਸ਼ਕ ਮਜਾਜੀ ਹੈ ਜਿਹੜਾ ਉਹ ਕੀ ਚੀਜ਼ ਹੁੰਦੀ ਹੈ ਹੈਨਾ ਦੋ ਚੀਜ਼ਾਂ ਦੀ ਆਪਾਂ ਹੈਨਾ ਅਕਸਰ ਤੁਸੀਂ ਤੁਸੀਂ ਵੀ ਪੜ੍ਹਦੇ ਆ ਜਦੋਂ ਤਾਂ ਦੋ ਸ਼ਬਦਾਵਲੀਆ ਤੁਸੀਂ ਸੁਣਦੇ ਆ ਇੱਕ ਇਸ਼ਕ ਮਜਾਜੀ ਤੇ ਇੱਕ ਇਸ਼ਕ ਹਕੀਕੀ ਇਸ਼ਕ ਮਜਾਜੀ ਨੂੰ ਇਸ਼ਕ ਹਕੀਕੀ ਦੇ ਵਿੱਚ ਤਬਦੀਲ ਕਰਨਾ ਇਹ ਇੱਕ ਪਰੰਪਰਾ ਰਹੀ ਹੈ ਸਾਡੇ ਕਿੱਸਾਕਾਰਾਂ ਵੱਲੋਂ ਤੇ ਉਸ ਪਰੰਪਰਾ ਦੇ ਵਿੱਚ ਆਪਾਂ ਪਹਿਲਾਂ ਪੜਿਆ ਸੀ ਦਮੋਦਰ ਫਿਰ ਆਪਾਂ ਪੜਿਆ ਸਾਡਾ ਕਿੱਸਾਕਾਰ ਪੀਲੂ ਤੇ ਹੁਣ ਆਪਾਂ ਗੱਲ ਕਰਾਂਗੇ ਇੱਕ ਮੁੰਡੇ ਦੀ ਜਿਹਦਾ ਨਾਮ ਹੈ ਹਾਫਿਜ਼ ਬਖਰਖੁਰਦਾਰ ਤੀਜੇ ਨੰਬਰ ਤੇ ਆਉਂਦਾ ਹੈ ਇਹਦੇ ਬਾਰੇ ਪਤਾ ਹੈ ਵੀ ਇਹ ਬੰਦਾ ਜੀ ਕਿੱਥੋਂ ਦਾ ਸੀ मतलब की अभी एदे हुण थोड़ा बहुत ਤਾਂ ਪਤਾ ਤਾਂ ਲੱਗਦਾ ਹੈ ਪਰ ਇਹਦੇ ਵਿੱਚ ਵੀ ਥੋੜਾ ਜਿਹਾ ਭੁਲੇਖਾ ਪੈ ਗਿਆ ਸੈਫਲੁਮਲੂਕ ਦਾ ਕਰਤਾ ਨਾ ਜਿਹੜਾ ਮੀਆਂ ਮੁਹੰਮਦ ਬਖਸ਼ ਜੀ ਨੇ ਆਪਣੇ ਕਿੱਸੇ ਦੇ ਵਿੱਚ ਆਪਣੇ ਤੋਂ ਪਹਿਲਾਂ ਹੋਏ ਕਿੱਸਾਕਾਰਾਂ ਤੇ ਟਿੱਪਣੀਆਂ ਕੀਤੀਆਂ ਤੇ ਉਹਨੇ ਫਿਰ ਇਹਦੇ ਤੇ ਵੀ ਟਿੱਪਣੀ ਕੀਤੀ ਸੀ ਹਾਂ ਉਨੇ ਕੀ ਕੀਤਾ ਵੀ ਦਮੋਦਰ ਤੇ ਕੋਈ ਟਿੱਪਣੀ ਨਹੀਂ ਕੀਤੀ ਥੋੜੀ ਜੀ ਗੱਲ ਰੱਖਿਓ ਧਿਆਨ ਵਿੱਚ ਮੈਂ ਵਾਰੀ ਵਾਰੀ ਤਾਂ ਰਿਪੀਟ ਕਰਦਾ ਮੈਨੂੰ ਪਤਾ ਹੈ ਨਾ ਐਵੇਂ ਦਾ ਪ੍ਰਸ਼ਨ ਜਦੋਂ ਉੱਥੇ ਬਣਾ ਕੇ ਅੱਗੇ ਰੱਖ ਦਿੰਦੇ ਆ ਫਿਰ ਥੋੜੀ ਜੀ ਦਿੱਕਤ ਆਉਂਦੀ ਆ ਇਦੋਂ ਚੰਗਾ ਵੀ ਗੱਲ ਨੂੰ ਕਲੀਅਰ ਕੀਤੀ ਹੋਵੇ ਤਾਂ ਫਿਰ ਉਹਦਾ ਮਜ਼ਾ ਹੀ ਕੁਝ ਹੋਰ ਹੈ ਹੁਣ ਹਾਫਿਜ਼ ਵਰਕਰਦਾਰ ਬਾਰੇ ਆਪਾਂ ਪੜਦੇ ਆਂ ਵੀ ਜਿਹੜਾ ਵੀ ਇੰਨਾ ਕੁ ਪਤਾ ਲੱਗਦਾ ਹੈ ਹਵਾਲਿਆਂ ਤੋਂ ਵੀ ਇਹ ਬੰਦਾ ਜਿਹੜਾ ਇਹ ਔਰੰਗਜ਼ੇਬ ਤੇ ਉਸ ਤੋਂ ਬਾਅਦ ਸ਼ਾਹਜਹਾਂ ਦੇ ਲਗਭਗ ਸਮੇਂ ਦੇ ਵਿੱਚ ਹੁੰਦਾ ਹੈ ਹਾਫਿਜ਼ ਬਰਖੁਰਦਾਰ ਤੇ ਇਹ ਦੇਖੋ ਦੋ ਜਿਹੜੇ ਆਪਣੇ ਪਹਿਲੇ ਕਿੱਸਾਕਾਰ ਆਪਾਂ ਪੜੇ ਦਮੋਦਰ ਤੇ ਪੀਲੂ ਉਹੋ ਦੋਨੋਂ ਇੱਕ-ਇੱਕ ਹੀ ਕਿੱਸਾ ਲਿਖਦੇ ਆ ਦਮੋਦਰ ਕਿੱਸਾ ਹੀਰ ਲਿਖਦਾ ਤੇ ਜਿਹੜਾ ਪੀਲੂ ਹੈ ਉਹ ਲਿਖਦਾ ਹੈ ਕਿੱਸਾ ਮਰਜਾ ਸਾਹਿਬਾ ਹਾਫਿਜ਼ ਬਰਖੁਰਦਾਰ ਪਹਿਲਾ ਕਿਸਾਕਾਰ ਹੈ ਜਿਹੜਾ ਇੱਕ ਤੋਂ ਵੱਧ ਕਿਸੇ ਲਿਖਦਾ ਹੈ ਇੱਕ ਗੱਲ ਥੋੜੀ ਜੀ ਕਾਮਨ ਜੀ ਗੱਲ ਹੈ ਧਿਆਨ ਚ ਰੱਖਿਓ ਇਹ ਬੰਦਾ ਜੀ ਤਿੰਨ ਕਿਸੇ ਲਿਖਦਾ ਹੈ ਤਿੰਨਾਂ ਦੀ ਆਪਾਂ ਪੂਰੀ ਜਾਣਕਾਰੀ ਲਵਾਂਗੇ ਪੂਰੀ ਭਰਪੂਰ ਜਾਣਕਾਰੀ ਦੇਖਦੇ ਆ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਬਾਰੇ ਟੀਕਾ ਟਿੱਪਣੀਆਂ ਕੀ ਕੀਤੀਆਂ ਗਈਆਂ ਦੇਖੋ ਜੀ ਮੀਆਂ ਮੁਹੰਮਦ ਬਖਸ਼ਾ ਜਿਹੜਾ ਕਰਤਾ ਸੈਫੁਲ ਮਲੂਕ ਦਾ ਉਹ ਕਹਿੰਦਾ ਵੀ حافظ ਬਰਖਰਦਾਰ ਮਸਨਫ ਗੌਰ ਜਿਨ੍ਹਾਂ ਦੀ ਚਿੱਟੀ ਹਰ ਘਰ ਬੈ ਤਾਂ ਉਹਦਾ ਵੀ ਡਿੱਠਾ ਜਿਉ ਮਿਸਰੀ ਦੀ ਖਿੱਟੀ ਇਹ ਕੌਣ ਕਹਿੰਦਾ ਹਾਫ ਇਹ ਮੁਹੰਮਦ ਬਖਸ਼ ਕਹਿੰਦਾ ਸੈਫੁਲਮਨੂਕ ਦੇ ਵਿੱਚ ਕਹਿੰਦਾ ਹਾਫਿਜ਼ ਬਰਖੁਰਦਾਰ ਬਾਰੇ ਉਹਨੇ ਇੱਕ ਟਿੱਪਣੀ ਕੀਤੀ ਉਹ ਕਹਿੰਦਾ ਜੀ ਹਾਫਿਜ਼ ਬਰਖੁਰਦਾਰ ਉਹ ਬੰਦਾ ਹੈ ਮਸਨਫ ਗੌਰ ਜਿਨ੍ਹਾਂ ਦੀ ਚੱਟੀ ਗੌਰ ਹੁੰਦੀ ਹੈ ਕਬਰ ਤੇ ਚਿੱਟੀ ਪਿੰਡ ਦੇ ਵਿੱਚ ਹੈ ਜੀ ਕਹਿੰਦਾ ਪਾਕਿਸਤਾਨ ਦੇ ਵਿੱਚ ਇੱਕ ਚਿੱਟੀ ਪਿੰਡ ਹੈ ਉੱਥੇ ਹੈ ਜੀ ਕਹਿੰਦਾ ਉਸ ਦੀ ਕਬਰ ਇਹ ਗੱਲ ਕਿਹਨੇ ਕਹਤੀ ਮੁਹੰਮਦ ਬਖਸ਼ ਨੇ ਮੁਹੰਮਦ ਬਖਸ਼ ਕਹਿੰਦਾ ਵੀ ਹਾਫਿਜ਼ ਬਰਖੁਰਦਾਰ ਦਾ ਜੀਵਨ ਹੈ ਜਿਹੜਾ ਉਹ ਚਿੱਟੀ ਪਿੰਡ ਦੇ ਨਾਲ ਸਬੰਧਿਤ ਹੈ ਅੱਛਾ ਜੀ ਹੁਣ ਆ ਗਿਆ ਜੀ ਅਹਿਮਦ ਯਾਰ ਅਹਿਮਦ ਯਾਰ ਪਤਾ ਹੀ ਹੈ ਹਾਫਿਜ਼ ਬਰਖੁਰਦਾਰ ਤੋਂ ਜਸਟ ਬਾਅਦ ਵਿੱਚ ਹੋਇਆ ਵਾ ਕਿੱਸਾ ਕਰ ਹਾਫਿਜ਼ ਬਰਖੁਰਦਾਰ ਤੋਂ ਜਸਟ ਬਾਅਦ ਵਿੱਚ ਅਹਿਮਦ ਯਾਰ ਜਿਹੜਾ ਸਭ ਤੋਂ ਪਹਿਲਾਂ ਹੀਰ ਦਾ ਕਿੱਸਾ ਬੈਂਤ ਛੰਦ ਵਿੱਚ ਲਿਖਦਾ ਉਹਨੂੰ ਹਾਫਿਜ਼ ਬਰਖਰਦਾਰ ਫਿਰ ਉਸ ਤੋਂ ਬਾਅਦ ਮੁਕਬਲਾ ਆਪਾਂ ਪੜ੍ਹਦੇ ਹਾਂ ਹਾਫਿਜ਼ ਸੌਰੀ ਅਹਿਮਦ ਯਾਰ ਹਾਫਿਜ਼ ਬਰਖਰਦਾਰ ਨਹੀਂ ਮੈਂ ਦੁਬਾਰੇ ਫਿਰ ਰਿਪੀਟ ਕਰਦਾ ਸ਼ਾਇਦ ਮੈਂ ਕੁਝ ਗਲਤ ਬੋਲਤਾ ਰਿਪੀਟ ਕਰਦਾ ਵੀ ਪਹਿਲੀ ਵਾਰੀ ਹੀਰ ਦਾ ਕਿੱਸਾ ਬੈਂਤ ਛੰਦ ਦੇ ਵਿੱਚ ਲਿਖਣ ਵਾਲਾ ਉਹ ਕੌਣ ਹੈ ਸਾਡਾ ਅਹਿਮਦ ਯਾਰ ਅਹਿਮਦ ਯਾਰ ਨੇ ਇੱਕ ਟਿੱਪਣੀ ਕੀਤੀ ਹੈ ਹਾਫਿਜ਼ ਬਰਖਰਦਾਰ ਬਾਰੇ ਉਹ ਕਹਿੰਦਾ ਲੋਕਾਂ ਸਾਇਪਾਏ ਕਿਸੇ ਜੋੜੇ ਅੱਗੇ ਪੜੇ ਜਿੰਨਾ ਰਸਾਲੇ ਪਰ ਗੱਲ ਵੱਲ ਨਾ ਡਿੱਠਾ ਹਾਫਿਜ਼ ਮੁਸਲਮਾਨੀ ਵਾਲੀ ਮੁਸਲਮਾਨੀ ਪਿੰਡ ਦੀ ਇਹਨੇ ਗੱਲ ਕੀਤੀ ਅਹਿਮਦ ਯਾਰ ਨੇ ਅਹਿਮਦ ਯਾਰ ਤਾਂ ਕਹਿੰਦਾ ਵੀ ਹਾਫਿਜ਼ ਬਰਖੁਰਦਾਰ ਦਾ ਪਿੰਡ ਹੈ ਜਿਹੜਾ ਉਹ ਮੁਸਲਮਾਨੀ ਹੈ ਮੁਸਲਮਾਨੀ ਇੱਕ ਪਿੰਡ ਦਾ ਨਾਮ ਹੈ ਪਾਕਿਸਤਾਨ ਦੇ ਵਿੱਚ ਪਰ ਮੁਹੰਮਦ ਬਖਸ਼ ਕਹਿੰਦਾ ਸੈਫੁਲ ਮਲੂਕ ਦਾ ਕਰਤਾ ਜੀ ਉਹਦਾ ਪਿੰਡ ਹੈਗਾ ਚਿੱਟੀ ਅੱਛਾ ਇੱਥੇ ਕੀ ਕੀਤਾ ਹੁਣ ਆਪਾਂ ਜਿਹੜਾ ਪੜ੍ਹਨਾ ਹੈ ਰਾਂਝਾ ਬਰਖੁਰਦਾਰ ਜਿਹੜਾ ਹਾਫਿਜ਼ ਬਰਖੁਰਦਾਰ ਉਹ ਪਿੰਡ ਮੁਸਲਮਾਨੀ ਵਾਲਾ ਹੀ ਪੜ੍ਹਨਾ ਪਰ ਹੁਣ ਇੱਥੇ ਕੀ ਹੋਇਆ ਬਈ ਮੀਆਂ ਮੁਹੰਮਦ ਬਖਸ਼ ਨੇ ਇੱਕ ਚਿੱਟੀ ਪਿੰਡ ਦਾ ਹੋਰ ਨਾਮ ਲੈਤਾ ਉਹਦਾ ਕਰਕੇ ਭਲੇਖਾ ਪੈ ਗਿਆ ਸੋ ਇਹ ਗੱਲ ਧਿਆਨ ਦੇ ਵਿੱਚ ਰੱਖਿਓ ਇਸ ਗੱਲ ਨੂੰ ਚੇਤੇ ਰੱਖਿਓ ਬਈ ਹਾਫਿਜ਼ ਬਰਖੁਰਦਾਰ ਦੇ ਬਾਰੇ ਭਲੇਖਾ ਪਾਉਣ ਵਾਲਾ ਹਾਫਿਜ਼ ਬਰਖੁਰਦਾਰ ਸੁਣੋ ਦੁਆਰੇ ਗੱਲ ਸੁਣੋ ਧਿਆਨ ਨਾਲ ਹਾਫਿਜ਼ ਬਰਖੁਰਦਾਰ ਦੇ ਪਿੰਡ ਦੇ ਬਾਰੇ ਭੁਲੇਖਾ ਪਾਉਣ ਵਾਲਾ ਸਭ ਤੋਂ ਪਹਿਲਾ ਜਿਹੜਾ ਆਲੋਚਕ ਹੈ ਉਹ ਕੌਣ ਹੈ ਉਹ ਹੈਗਾ ਜੇ ਮੀਆਂ ਮੁਹੰਮਦ ਬਖਸ਼ ਸਭ ਤੋਂ ਪਹਿਲਾ ਕੌਣ ਹੈ ਉਹ ਕੌਣ ਹੈ ਜੀ ਸਾਡਾ ਮੀਆਂ ਮੁਹੰਮਦ ਬਖਸ਼ਾ ਇਹ ਭੁਲੇਖਾ ਪਵਾ ਦਿੰਦਾ ਹੈ ਇਹ ਕਹਿੰਦਾ ਜੀ ਨਹੀਂ ਹੁੰਦਾ ਪਿੰਡ ਚਿੱਟੀ ਆ ਹੁਣ ਦੇਖੋ ਜੀ ਦੋ ਹਾਫਿਜ਼ ਬਰਖੁਰਦਾਰ ਹੋਣ ਦਾ ਭੁਲੇਖਾ ਮੀਆਂ ਮੁਹੰਮਦ ਬਖਸ਼ ਨੇ ਪਾਇਆ ਤੁਹਾਨੂੰ ਪਤਾ ਹੈ ਨਾ ਵੀ ਉਹ ਜਦੋਂ ਆਪਣੇ ਬਾਬੇ ਫਰੀਦ ਵਾਲਾ ਲੈਕਚਰ ਆਰ ਦੇ ਵਿੱਚ ਪ੍ਰਸ਼ਨ ਆਇਆ ਸੀਗਾ ਨਾ ਬ ਆਪਣੇ ਉਹ ਆਇਆ ਸੀਗਾ ਕਿ ਬਾਬੇ ਫਰੀਦ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੈ ਬਾਣੀ ਬਾਬੇ ਫਰੀਦ ਦੀ ਹੈ ਜਾਂ ਨਹੀਂ ਉਸ ਬਾਰੇ ਉਹ ਤੋਂ ਪਹਿਲਾਂ ਤਾਂ ਇਹ ਸਮਝਿਆ ਜਾਂਦਾ ਸੀ ਵੀ ਬਾਣੀ ਬਾਬੇ ਫਰੀਦ ਦੀ ਹੈ ਪਰ ਇਹਦੇ ਬਾਰੇ ਭਲੇਖਾ ਕਿਹਨੇ ਪਾਇਆ ਵੀ ਉਹ ਬਾਣੀ ਬਾਬੇ ਫਰੀਦ ਦੀ ਨਹੀਂਗੀ ਜੀ ਸੇਖ ਬ੍ਰਹਮ ਦੀ ਆ ਉਹ ਇਹ ਗੱਲ ਦਾ ਭਲੇਖਾ ਆਪਾਂ ਪੜਦੇ ਆ ਵੀ ਆਪਾਂ ਉਹਨੇ ਪਾਇਆ ਜੀ ਮੁਕਾਲਫ ਨੇ ਹਨਾ ਤੇ ਉਹ ਮੁਖਾਲਫ ਦਾ ਸਿੱਖ ਰਿਲੀਜੀਅਨ ਪੁਸਤਕ ਲਿਖੀ ਹੈ ਜਿਹੜੀ ਉਹਦੇ ਵਿੱਚ ਭਲੇਖਾ ਪਾਇਆ ਸਭ ਤੋਂ ਪਹਿਲਾਂ ਤੇ ਉਵੇਂ ਹੀ ਹਾਫਿਜ਼ ਬਰਖੁਰਦਾਰ ਦੇ ਬਾਰੇ ਸਭ ਤੋਂ ਪਹਿਲਾਂ ਭਲੇਖਾ ਪਾਉਣ ਵਾਲਾ ਆਪਣਾ ਭਾਈ ਕੌਣ ਮੁਹੰਮਦ ਬਖਸ਼ ਦੋ ਹਾਫਿਜ਼ ਬਰਖੁਰਦਾਰ ਹੋਣ ਦਾ ਭਲੇਖਾ ਜੀ ਮੀਆਂ ਮੁਹੰਮਦ ਬਖਸ਼ ਨੇ ਪਾਤਾ ਹੁਣ ਅੱਗੇ ਦੇਖਦੇ ਹਾਂ ਜੀ ਹਾਂ ਪਰ ਡਾਕਟਰ ਜੀਤ ਸਿੰਘ ਸ਼ੀਤਲ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ ਜਿਨੇ ਲਿਖੀ ਉਹ ਕਹਿੰਦਾ ਜੀ ਇਹ ਭਲੇਖਾ ਦੋ ਪਿੰਡਾਂ ਕਰਕੇ ਪਿਆ ਪਰ ਕੋਈ ਦਿੱਕਤ ਨਹੀਂ ਕਹਿੰਦਾ ਦੋ ਪਿੰਡਾਂ ਦਾ ਕਰਕੇ ਭਲੇਖਾ ਪਿਆ ਉਹ ਹਾਫਿਜ਼ ਬਰਖੁਰਦਾਰ ਹੋਇਕੀ ਹੈ ਉਹ ਕਹਿੰਦਾ ਜੀ ਜਾਤ ਦਾ ਰਾਂਝਾ ਸੀਗਾ ਪਿੰਡੇ ਦਾ ਮੁਸਲਮਾਨ ਨਹੀਂ ਸੀ ਪਰ ਬਾਅਦ ਦੇ ਵਿੱਚ ਇਹ ਚਿੱਟੀ ਸੇਖਾ ਪਿੰਡ ਰਹਿਣ ਲੱਗ ਗਿਆ ਸੀ ਇਹ ਭਲੇਖਾ ਜਿਹੜਾ ਇਹ ਡਾਕਟਰ ਜੀਤ ਸਿੰਘ ਸ਼ੀਤਲ ਨੇ ਦੂਰ ਕੀਤਾ ਜੀ ਨਹੀਂ ਆਪਾਂ ਉਸੇ ਜਿਹੜਾ ਮੁਹਾਫਿਜ਼ ਬਰਖੁਰਦਾਰ ਦੇ ਬਾਰੇ ਪੜ੍ਹਨਾ ਹੈ ਉਹ ਹਾਫਿਜ਼ ਬਰਖੁਰਦਾਰ ਮੁਸਲਮਾਨੀ ਪਿੰਡ ਦੇ ਵਿੱਚ ਜਨਮ ਹੋਇਆ ਤੇ ਚਿੱਟੀ ਪਿੰਡ ਦੇ ਵਿੱਚ ਬਾਅਦ ਚ ਰਹਿਣ ਲੱਗ ਗਿਆ ਸੀ ਇਹ ਗੱਲ ਕਲੀਅਰ ਕਿਹਨੇ ਕੀਤੀ ਡਾਕਟਰ ਜੀਤ ਸਿੰਘ ਸ਼ੀਤਲ ਨੇ ਉਮੈਂ ਜਿਵੇਂ ਡਾਕਟਰ ਮੋਢੀ ਸਿਵਾਨਾ ਨੇ ਇਹ ਗੱਲ ਕਲੀਅਰ ਕੀਤੀ ਵੀ ਨਹੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਬਾਣੀ ਹੈ ਉਹ ਸ਼ੇਖ ਬਰਮ ਦੀ ਨਹੀਂ ਹੈ ਬਾਬਾ ਸ਼ੇਖ ਫਰੀਦ ਦੀ ਹੈ ਹੋਰ ਦੇਖਦੇ ਆ ਹਾਂਜੀ ਡਾਕਟਰ ਪਿਆਰ ਸਿੰਘ ਡਾਕਟਰ ਪਿਆਰ ਸਿੰਘ ਕਹਿੰਦਾ ਇੱਕ ਡਾਕਟਰ ਪਿਆਰ ਸਿੰਘ ਨਾਮ ਆਉਂਦਾ ਇੱਕ ਆਉਂਦਾ ਪਿਆਰਾ ਸਿੰਘ ਭੋਗਲ ਦੋਨਾਂ ਦੇ ਅੱਡ-ਅੱਡ ਨਾਮ ਹੈ ਡਾਕਟਰ ਪਿਆਰ ਸਿੰਘ ਕਹਿੰਦਾ ਵੀ ਹਾਫਿਜ਼ ਬਰਖੁਰਦਾ ਰਾਂਝਾ ਹੈ ਜਿਹੜਾ ਪਹਿਲੇ ਹਾਫਿਜ਼ ਤੋਂ 100 ਬਰੇ ਪਿੱਛੋਂ ਹੋਇਆ ਹੈ ਕਹਿੰਦਾ ਜਿਹੜਾ ਪਹਿਲੇ ਵੀ ਇਹ ਹਾਫਿਜ਼ ਬਰਖੁਰਦਾਰ ਰਾਂਝਾ ਹੈ ਜਿਹੜਾ ਪਹਿਲੇ ਹਾਫਿਜ਼ ਤੋਂ 100 ਬਰੇ ਪਿੱਛੇ ਹੋਇਆ ਕਹਿੰਦਾ ਦੋਨਾਂ ਹਾਫਿਜ਼ਾਂ ਦੀਆਂ ਨੇ ਗੱਲ ਕਰਦੇ ਕੋਈ ਦਿੱਕਤ ਨਹੀਂ ਬਸ ਆ ਜਿਹੜੀ ਆ ਲਿਖੀ ਵੀ ਆ ਗੱਲ ਇਹਦੀ ਜਿਹੜੀ ਇਹਨੂੰ ਥੜਾ ਧਿਆਨ ਚ ਰੱਖਿਓ ਬਸ ਜਿੰਨ ਕਿਸੇ ਲਿਖਿਆ ਜੀ ਇਹਨੇ ਇੱਕ ਲਿਖਿਆ ਇਹਨੇ ਮਰਜਾ ਸਾਹਿਬਾ ਇੱਕ ਸਸੀ ਪੁੰਨੂ ਤੇ ਇੱਕ ਇਹਨੇ ਲਿਖਿਆ ਜੀ ਸਭ ਤੋਂ ਮਸ਼ਹੂਰ ਕਿੱਸਾ ਇਹਦਾ ਜਿਹੜਾ ਹੋਇਆ ਉਹਦਾ ਨਾਮ ਹੈ ਯੂਸਫ ਜੁਲੈਖਾ ਉਹ ਕਿੱਸਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੋਇਆ ਅੱਛਾ ਹੁਣ ਮਿਰਜ਼ਾ ਸਾਹਿਬਾਂ ਦੀ ਗੱਲ ਸੁਣ ਲਓ ਜੀ ਮਿਰਜ਼ਾ ਸਾਹਿਬਾ ਕਿੱਸਾ ਜਦੋਂ ਇਹ ਲਿਖਣ ਲੱਗਾ ਤਾਂ ਉਦੋਂ ਇਹਨੇ ਕੀ ਲਿਖਿਆ ਵੀ ਕਾਹ ਤੋਂ ਮੈਂ ਲਿਖਣ ਲੱਗਾ ਕਹਿੰਦਾ ਜ਼ਿਆਦਾਤਰ ਇਹਦੇ ਤੇ ਇਹਦੇ ਮਿਰਜ਼ਾ ਸਾਹਿਬਾ ਕਿੱਸੇ ਤੇ ਪੂਰਾ ਪੂਰਾ ਪ੍ਰਭਾਵ 100% ਪ੍ਰਭਾਵ ਹੈਗਾ ਪੀਲੂ ਦੇ ਮਿਰਜ਼ਾ ਸਾਹਿਬਾ ਕਿੱਸੇ ਦਾ ਮੈਂ ਤੁਹਾਨੂੰ ਗੱਲ ਪਿਛਲੀ ਜਮਾਤ ਦੇ ਵਿੱਚ ਦੱਸੀ ਸੀ ਵੀ ਇਹ ਜਿਹੜਾ ਹਾਫਿਜ਼ ਬਰਖਰਦਾਰ ਹੈ ਜਿਹੜਾ ਪੀਲੂ ਪੀਲੂ ਤੇ ਹਾਫਿਜ਼ ਬਰਖਰਦਾਰ ਦੋਨਾਂ ਦੀ ਤੁਲਨਾ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਦੇਖੋ ਜੀ ਪੀਲੂ ਆ ਜਿਹੜਾ ਉਹ ਮਰਜੇ ਦੀ ਮੌਤ ਤੇ ਆਪਣਾ ਕਸਾ ਖਤਮ ਕਰ ਦਿੰਦਾ ਹੈ ਮਰਜੇ ਦੀ ਮੌਤ ਤੇ ਸਹਿਬਾ ਦੀ ਮੌਤ ਕਿਵੇਂ ਹੋਈ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਕਰਦਾ ਬਸ ਉਹ ਕਸਾ ਉਹਦਾ ਅਧੂਰੀਆ ਕਹਾਣੀ ਪਰ ਹਾਫਿਜ਼ ਬਰਖਰਦਾਰ ਆ ਜਿਹੜਾ ਉਸ ਕਹਾਣੀ ਨੂੰ ਪੂਰਾ ਕਰਦਾ ਹੈ ਉਸ ਕਹਾਣੀ ਨੂੰ ਪੂਰਾ ਕਰਨ ਵਾਲਾ ਕੌਣ ਹੈ ਹਾਫਿਜ਼ ਬਖਰਖੁਰਦਾਰ ਬੋਲੀ ਬਿਲਕੁਲ ਉਸੇ ਤਰ੍ਹਾਂ ਦੀ ਸੱਦ ਕਾਵ ਰੂਪ ਦੇ ਵਿੱਚ ਹੀ ਉਹੋ ਹੀ ਸਾਰਾ ਕੁਝ ਤਰੀਕੇ ਉਹ ਹੀ ਵਰਤਦਾ ਹੈ ਉਸੇ ਵਾਲੇ ਛੰਦ ਵੀ ਲਗਭਗ ਉਹ ਹੀ ਵਰਤ ਸਾਰੀਆਂ ਚੀਜ਼ਾਂ ਉਹ ਹੀ ਵਰਤਦਾ ਹੈ ਹਾਂ ਪਰ ਕੀ ਚੀਜ਼ ਹੈ ਵੀ ਇਹਦੇ ਵਿੱਚ ਬੱਸ ਉਹ ਥੋੜਾ ਜਿਹਾ ਕਹਾਣੀ ਹੈ ਜਿਹੜੀ ਉਹਨੂੰ ਪੂਰੀ ਕਰਦਾ ਹੈ ਇਹ ਦੱਸਦਾ ਹੈ ਵੀ ਕਿਉਂ ਮੈਨੂੰ ਕਹਾਣੀ ਪੂਰੀ ਕਰਨੀ ਪਈ ਇਹ ਕਹਿੰਦਾ ਵੀ ਸਹਿਬਾਂ ਦੀ ਜਿਹੜੀ ਆਤਮਾ ਉਹ ਪੀਲੂ ਦੀ ਕਬਰ ਤੇ ਗਈ ਜੀ ਕਹਾਣੀ ਦੱਸਦਾ ਇੱਕ ਕਹਿੰਦਾ ਜੀ ਸਹਬਾ ਦੀ ਆਤਮਾ ਪੀਲੂ ਦੀ ਕਬਰ ਤੇ ਗਈ ਪੀਲੂ ਨੂੰ ਕਹਿਣ ਲੱਗੇ ਵੀ ਤੂੰ ਮੈਨੂੰ ਬਦਲਾਮ ਕਰਤਾ ਕਿਉਂਕਿ ਤੂੰ ਲੋਕਾਂ ਨੂੰ ਕਿਹਾ ਲੋਕਾਂ ਨੂੰ ਕਿਸੇ ਦੇ ਵਿੱਚ ਕੀ ਲਿਖਤਾ ਤੂੰ ਵੀ ਮੈਂ ਮੇਰੇ ਕਰਕੇ ਮਿਰਜਾ ਮਰ ਗਿਆ ਮਿਰਜਾ ਜਿਹੜਾ ਉਹ ਮੇਰਾ ਕਰਕੇ ਮਰਿਆ ਵੀ ਮੈਂ ਜਿਹੜੇ ਉਹ ਤਸਕਰ ਤੇ ਤੀਰ ਸੀ ਜਿਹੜੇ ਉਹ ਸਾਰੇ ਤੋੜਤੇ ਤੇ ਜਿਹੜੇ ਸਹਬਾ ਦੇ ਭਰਾਵਾਂ ਨੇ ਆਣ ਕੇ ਮਿਰਜੇ ਨੂੰ ਮਾਰਤਾ ਪਰ ਕਹਿੰਦੀ ਹੁਣ ਤੂੰ ਮੇਰੇ ਨਾਲ ਨਿਆਂ ਕਰ ਤਾਂ ਪੀਲੂ ਨੇ ਕੀ ਕੀਤਾ ਕਬਰ ਦੇ ਵਿੱਚੋਂ ਤਾਂ ਦੇ ਹੱਥ ਕਰੋ ਕਊਆ ਕਾਂ ਦੇ ਹੱਥ ਸੁਨੇਹਾ ਭੇਜਿਆ ਤੇ ਜਾ ਕੇ ਉਹਨੇ ਕਿਹਾ ਵੀ ਬਹਾਫਿਜ ਬਰਖਰਦਾਰ ਨੂੰ ਕਹੋ ਜਾ ਕੇ ਵੀ ਮੇਰਾ ਜਿਹੜਾ ਕਿਸਾ અધੂਰਾ ਉਹਨੂੰ ਪੂਰਾ ਕਰ ਦੇ ਲਓ ਜੀ ਇਹ ਗੱਪ ਜਦੋਂ ਸੁਣ ਕੇ ਤੇ ਹੁਣ ਆਪਾਂ ਕਰਦੇ ਆ ਮਿਰਜ਼ਾ ਸਾਹਿਬਾਂ ਦੀ ਗੱਲ ਗੱਪ ਤੁਹਾਨੂੰ ਮੈਂ ਇੱਕ ਸੁਣਾਤਾ ਵਧੀਆ ਜਿਹਾ ਆਜੋ ਹੁਣ ਸੀਰੀਅਸ ਗੱਲ 'ਚ ਆਜੋ ਹਾਂ ਪੀਲੂ ਦਾ ਕਿਸੇ ਨੂੰ ਪੂਰਾ ਕੀਤਾ ਗੱਲ ਰੱਖਿਓ ਧਿਆਨ ਦੇ ਵਿੱਚ ਹਾਂ ਇਹ ਗੱਲਾਂ ਤੁਹਾਨੂੰ ਪਤਾ ਹੀ ਆ ਪਰਾਪੌਤਿਕ ਪਰਾ ਸਰੀਰਕ ਹੁੰਦੀਆਂ ਗੱਲਾਂ ਹੈ ਪਰਾਪੌਤਿਕ ਗੱਲਾਂ ਹੁੰਦੀਆਂ ਹੈ ਨਾ ਵੀ ਜਿਹੜੀਆਂ ਮਤਲਬ ਅਣਹੋਣੀ ਹੋਣੀ ਕੋ ਅਣਹੋਣੀ ਕਰਦੇ ਅਣਹੋਣੀ ਕੋ ਹੋਣੀ ਹੈ ਉਹ ਸਾਬ ਹੋ ਗਿਆ ਜੀ ਹਾਂ ਬਹਿਰ ਛੰਦ ਪੀਲੂ ਵਾਲੇ ਵਰਤੇ ਆ ਜੀ ਪੀਲੂ ਨਾਲੋਂ ਜ਼ਿਆਦਾ ਵਿਸਤਾਰ ਦੇ ਵਿੱਚ ਆ ਬਸ ਇੰਨਾ ਹੀ ਫਰਕ ਹੈ ਇੱਕ ਹੋਰ ਧਿਆਨ ਵਿੱਚ ਰੱਖਿਓ ਕਰਾਮਾਤਾ ਜਾਦੂ ਪਰਾ ਸਰੀਰਕ ਸ਼ਕਤੀਆਂ ਦਾ ਵਰਣਨ ਅਤੇ ਹੋਣੀ ਨੂੰ ਬਲਵਾਨ ਸਿੱਧ ਕੀਤਾ ਹੈ ਧਿਆਨ ਦੇ ਵਿੱਚ ਰੱਖਿਓ ਇਸ ਗੱਲ ਨੂੰ ਹੌਣੀ ਨੂੰ ਬਲਵਾਨ ਸਿੱਧ ਕੀਤਾ ਹੈ ਦੋਹਾਂ ਕਿਸਿਆਂ ਦਾ ਬਰਤਾਂਤ ਇੱਕ ਦੂਜੇ ਨਾਲ ਰਲ ਗਿਆ ਹੈ ਕਿਹੜੇ ਕਿਹੜੇ ਦੋਹਾਂ ਕਿਸਿਆਂ ਦਾ ਪੀਲੂ ਦੇ ਮਿਰਜਾ ਸਾਹਿਬਾ ਕਿਸੇ ਦਾ ਤੇ ਹਾਫਿਜ਼ ਬਰਖੁਰਦਾਰ ਦੇ ਮਿਰਜਾ ਸਾਹਿਬਾ ਕਿਸੇ ਦਾ ਇਹ ਕਿੱਸਾ ਲੋਕ ਕਿੱਸਾ ਕਾਰੀਏ ਤੇ ਰਵਾਇਤੀ ਕਿੱਸੇ ਕਾਰੀ ਦਾ ਸੁਮੇਲ ਹੈ ਬਾਕੀ ਕਿੱਸੇ ਸਾਰੇ ਰਵਾਇਤੀ ਹਨ ਇਹਦੇ ਵਿੱਚ ਲੋਕ ਕਿੱਸਾ ਕਾਰੀ ਵੀ ਹੈ ਤੇ ਰਵਾਇਤੀ ਕਿੱਸਾ ਕਾਰੀ ਦੋਨੇ ਆ ਜੀ ਦੇਖੋ ਹੁਣ ਗੱਲ ਕਰਦੇ ਆ ਸੱਸੀ ਪੁੰਨੂ ਦੀ ਗੱਲਾਂ ਸਾਰੀਆਂ ਕਲੀਅਰ ਕਰ ਰਹੀਆਂ ਹਾਫਿਜ਼ ਬਰਖੁਰਦਾਰ ਬਾਰੇ ਕੋਈ ਗੱਲ ਨਹੀਂ ਛੱਡੀ ਨੀ ਪਰਸਨ ਤੁਹਾਨੂੰ ਬਥੇਰੇ ਮਿਲਣਗੇ ਵਿੱਚ ਹਾਂਜੀ ਇਹ ਇਹਦਾ ਸੱਸੀ ਪੁੰਨੂ ਕਿੱਸਾ ਵੀ ਜੀ ਦੇ ਵਿੱਚ ਇਹਨੇ ਲਿਖਿਆ ਵੀ ਜੀ ਮੈਂ ਇਹਨੂੰ 1758 ਈਸਵੀ ਦੇ ਵਿੱਚ ਲਿਖਿਆ ਕਿਉਂਕਿ ਮੁਸਲਮਾਨ ਜਿਹੜੇ ਜ਼ਿਆਦਾਤਰ ਆ ਉਹ ਹਿਜਰੀ ਸਨ ਲਿਖਦੇ ਆ ਹਿਜਰੀ ਸੰਵਤ ਲਿਖਦੇ ਆ ਹਨਾ ਤੇ ਇਹਨੇ ਹਿਜਰੀ ਦਿੱਤਾ ਉਹਦਾ ਬਣਦਾ 1758 ਸੱਸੀ ਪੁੰਨੂ ਦੇ ਕਿਸੇ ਬਾਰੇ ਤਾਂ ਇਹਨੇ ਲਿਖਿਆ ਵੀ ਮੈਂ ਇਹ ਕਿੱਸਾ ਕਦੋਂ ਸਮਾਪਤ ਕੀਤਾ ਜਾਂ ਕਦੋਂ ਲਿਖਿਆ ਪਰ ਦੂਜੇ ਕਿੱਸਿਆਂ ਦੇ ਬਾਰੇ ਇਹਨੇ ਕੋਈ ਮਤਲਬ ਜਾਣਕਾਰੀ ਨਹੀਂ ਦਿੱਤੀ ਜੀ ਮੈਂ ਕਦੋਂ ਪੁੱਟਾ ਪੂਰੇ ਵਿਸਤਾਰ ਨਾਲ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਲਿਖਿਆ ਇਹਨੇ ਪਾਸ਼ਾ ਲੈਂਦੀ ਪੰਜਾਬੀ ਦੇ ਵਿੱਚ ਲਿਖਿਆ ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਿਓ ਸੱਸੀ ਪੁੰਨੂ ਦੀ ਗੱਲ ਤੋਂ ਤੁਹਾਨੂੰ ਇੱਕ ਯਾਦ ਆ ਗਈ ਹੋਣੀ ਹੈ ਗੱਲ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਇੱਕ ਕਿਸੇ ਦੀ ਗੱਲ ਕੀਤੀ ਹੈ ਜੀ ਪੂਰਬ ਨਾਨਕ ਕਾਲ ਦੇ ਵਿੱਚ ਕਹਿੰਦਾ ਜੀ ਇੱਕ ਕਿੱਸਾ ਸੱਸੀ ਲਿਖਿਆ ਗਿਆ ਜਿਹਦਾ ਕਿੱਸਾਕਾਰ ਸੀਗਾ ਪੁਸ਼ੇਆ ਨਾਮ ਦਾ ਕਵੀ ਪਰ ਉਹ ਕਿੱਸਾ ਲਿਖਤੀ ਰੂਪ ਦੇ ਵਿੱਚ ਪ੍ਰਾਪਤ ਨਹੀਂ ਹੁੰਦਾ ਇਹ ਗੱਲ ਪਹਿਲਾਂ ਹੋ ਚੁੱਕੀ ਆ ਪਰ ਸਭ ਤੋਂ ਪਹਿਲਾਂ ਅਤੇ ਪੂਰੇ ਵਿਸਤਾਰ ਨਾਲ ਇਸ ਕਿੱਸੇ ਨੂੰ ਲਿਖਣ ਵਾਲਾ ਕੌਣ ਹੈ ਜੀ ਹਾਫਿਜ਼ ਬਰਖੁਰਦਾਰ ਕਿੱਸਾ ਸਸੀ ਪੁੰਨੂ ਦੇ ਨੂੰ ਸਸੀ ਪੁੰਨੂ ਵਾਲੀ ਕਹਾਣੀ ਹੈ ਜਿਹੜੀ ਉਹ ਆਪਾਂ ਹਾਸ਼ਮ ਵਾਲੇ ਕਿੱਸੇ ਚ ਪੜਨੀ ਹੈ ਇੱਥੇ ਨਹੀਂ ਨਜ਼ਾਰਾ ਆਉਣਾ ਇੱਥੇ ਯੂਸਫ ਜੀ ਦੇ ਲੇਖਾਂ ਵਾਲੀ ਕਹਾਣੀ ਸੁਣ ਲਿਓ ਇਥੇ ਆ ਨਹੀਂ ਕੋਈ ਐਡਾ ਕੋਈ ਕਿਉਂਕਿ ਸੱਸੀ ਪੰਨੂ ਚ ਬਾੜਾ ਨਹੀਂ ਕੁਝ ਕਰ ਸਕਿਆ ਸੱਸੀ ਪੰਨੂ ਤਾਂ ਜਾ ਕੇ ਪ੍ਰਸਿੱਧੀ ਹਾਸ਼ਮ ਸ਼ਾਹ ਦੇ ਜਦੋਂ ਹੱਥਾਂ ਚ ਜਾਂਦੀ ਹੈ ਫਿਰ ਪ੍ਰਸਿੱਧੀ ਹੁੰਦੀ ਹੈ ਆਪਦੇ ਆਪ ਦੇ ਹਿਸਾਬ ਆ ਨਾ ਜਿਵੇਂ ਸੋਹਣੀ ਮਹੀਵਾਲ ਤਾਂ ਬਥੇਰੇ ਆ ਨੇ ਲਿਖਿਆ ਪਰ ਸ਼ੈਦ ਫ਼ਜ਼ਲ ਸ਼ਾਹ ਨੇ ਕਿਹਾ ਇੱਟ ਲਿਖਿਆ ਹਨਾ ਹੀਰ ਤਾਂ ਬਹੁਤੇ ਆ ਨੇ ਲਿਖਤੀ ਹਨਾ ਪਰ ਵਾਰਿਸ਼ਾ ਵਰਗੀ ਹੀਰ ਨਹੀਂ ਕੋਈ ਲਿਖ ਸਕਿਆ ਪੂਰਨ ਭਗਤ ਬਥੇਰੇ ਆ ਨੇ ਲਿਖਿਆ ਹੋਣਾ ਪਰ ਜਦੋਂ ਕਾਦਰ ਯਾਰ ਨੇ ਲਿਖਿਆ ਤੇ ਸਰਾ ਹੀ ਕਰਾਤਾ ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ ਕਰਾਂਗੇ ਗੱਲਾਂ ਸਬਰ ਰੱਖੋ ਸਬਰ हां ਪਾਸ਼ਾ ਲੈਂਦੀ ਪੰਜਾਬੀ ਆ ਡਾਕਟਰ دیਵਾਨਾ ਦੀ ਗੱਲ ਆ ਗਈ ਕਿੱਸਾ ਅਧੂਰਾ ਹੈ ਜੀ ਇਹਦੇ 51 ਬੰਦ ਮਿਲਦੇ ਆ ਜੀ ਬੰਦ ਤੁਹਾਨੂੰ ਦੱਸਿਆ ਹੀ ਸੀ ਹਨਾ ਪਹਿਰੇ ਜੀ ਨੂੰ ਆਪਾਂ ਕਹਿ ਦਿੰਨੇ ਆ ਸਸੀ ਪੁੰਨੂ ਕਥਾ ਦਾ ਹਵਾਲਾ ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ 27ਵੀਂ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਦਿੱਤਾ 27ਵੀਂ ਵਾਰ ਦੀ ਪਹਿਲੀ ਪੌੜੀ ਦਾ ਜ਼ਿਕਰ ਆਪਾਂ ਪੀਲ ਵਾਲੇ ਕਿਸੇ ਦੇ ਵਿੱਚ ਕੀਤਾ ਸੀ ਆਪਾਂ ਕਿਹੜੇ ਕਿਸੇ ਚ ਕੀਤਾ ਸੀ ਹੀਰ ਵਾਲੇ ਕਿਸੇ ਚ ਕੀਤਾ ਸੀ ਹਾਂ ਦਮੋਦਰ ਹੀਰ ਵਾਲੀ ਕਲਾਸ ਦੇ ਵਿੱਚ ਕੀਤਾ ਸੀ ਕਿਉਂਕਿ ਭਾਈ ਗੁਰਦਾਸ ਜੀ ਆ ਜਿਹੜੇ ਉਹ ਆਪਣੇ ਕੀ ਨਾਂ ਲੈਂਦੇ ਆ ਲੈਲਾ ਮਜਨੂ ਦੀ ਕਰਦੇ ਆ ਗੱਲ ਇੱਕ ਜੋੜੇ ਦੀ ਲੈਲਾ ਮਜਨੂ ਦੀ ਇੱਕ ਹੀਰ ਰਾਂਝੇ ਦੀ ਤੇ ਇੱਕ ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ ਭਾਈ ਗੁਰਦਾਸ ਜੀ ਦਾ ਧਿਆਨ ਰੱਖਿਓ 27ਵੀਂ ਵਾਰ ਦੇ ਵਿੱਚ ਜ਼ਿਕਰ ਕਰਦੇ ਆ ਪਹਿਲੀ ਪੌੜੀ ਦੇ ਵਿੱਚ ਜ਼ਿਕਰ ਕੀਤਾ ਜਿਹਨੂੰ ਕਿਹਾ ਜਾਂਦਾ ਹੈ ਪੀਰ ਮਰੀਦਾਂ ਦੀ ਵਾਰ ਹਾਂਜੀ ਹੁਣ ਗੱਲ ਕਰਦੇ ਆਪਾਂ ਆਜੋ ਜੀ ਯੂਸੁਫ ਜਲੇਖਾ ਹਾਫਿਜ਼ ਦਾ ਇਹ ਸਭ ਤੋਂ ਪ੍ਰਸਿੱਧ ਕਿੱਸਾ ਹੈ ਜੀ ਦੇਖੋ ਪਹਿਲੀ ਵਾਰ ਪੰਜਾਬੀ ਦੇ ਵਿੱਚ ਲਿਖਿਆ ਗਿਆ ਕਿੱਸਾ ਪਹਿਲੀ ਵਾਰ ਇਹ ਕਿੰਨੇ ਲਿਖਿਆ ਯੂਸੁਫ ਜਲੇਖਾ ਹਾਫਿਜ਼ ਬਰਖਰਦਾਰ ਨੇ ਬੜੀ ਕਮਾਲ ਕਰਾਈ ਜੀ ਇਸ ਕਹਾਣੀ ਦਾ ਹਵਾਲਾ ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਹੋਇਆ ਮੁਸਲਮਾਨਾਂ ਦਾ ਜਿਹੜਾ ਧਾਰਮਿਕ ਗ੍ਰੰਥ ਹੈ ਉਹਦੇ ਵਿੱਚ ਇਸ ਦਾ ਹਵਾਲਾ ਮਿਲਦਾ ਜੀ ਪੰਜਾਬੀ ਦਾ ਪਹਿਲਾ ਵਿਦੇਸੀ ਕਿੱਸਾ ਵੀ ਇਹ ਹੀ ਹੈ ਇਹ ਕਹਾਣੀ ਵਿਦੇਸ਼ ਦੇ ਵਿੱਚ ਹੋਈ ਹੈ ਇਸ ਕਿੱਸੇ ਉੱਤੇ ਬਾਕੀ ਕਿੱਸਿਆਂ ਨਾਲੋਂ ਫਾਰਸੀ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਹੈ ਇੱਥੇ ਸਾਰੀਆਂ ਗੱਲਾਂ ਜਿਹੜੀਆਂ ਮਤਲਬ ਇੱਕ ਫਾਰਸੀ ਕਿੱਸਿਆਂ ਦੇ ਵਿੱਚ ਟੁੱਕਦੀਆਂ ਕਿਸੇ ਦੇ ਜਿੰਨੇ ਵੀ ਨਿਯਮ ਸਾਰੇ ਉਹ ਹਾਫਿਜ਼ ਬਰਖਰਦਾਰ ਨੇ ਯੂਸਫ ਜਲੇਖਾ ਕਿੱਸੇ ਦੇ ਵਿੱਚ ਕਿਸਾ 1090 ਹਿਜਰੀ ਵਿੱਚ ਪੂਰਾ ਕੀਤਾ ਤੇ ਨਵਾਬ জাফর ਖਾਨ ਤੋਂ ਇਨਾਮ ਇਹਨੇ ਪ੍ਰਾਪਤ ਕੀਤਾ ਥੋੜੀ ਜੀ ਗੱਲ ਧਿਆਨ ਦੇ ਵਿੱਚ ਰੱਖਿਓ ਕਿਸੇ ਪੁਸਤਕ ਦੇ ਵਿੱਚ ਮੈਨੂੰ ਇਹ ਵੀ ਲੱਗੀ ਮੈਂ ਕਿਹਾ ਚਲੋ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕੰਮ ਦੀ ਗੱਲ ਲੱਗੀ ਮੈਨੂੰ ਇਸ ਕਿਸੇ ਦੀ ਰਚਨਾ ਨਾਲ ਪੰਜਾਬੀ ਕਿੱਸਿਆਂ ਉੱਤੇ ਫਾਰਸੀ ਪ੍ਰਭਾਵ ਪੈਣ ਲੱਗਦਾ ਧਿਆਨ ਰੱਖਿਓ ਇਸ ਤੋਂ ਪਹਿਲਾਂ ਕੋਈ ਵੀ ਜਿੰਨੇ ਵੀ ਕਿਸੇ ਲਿਖੇ ਗਏ ਉਹਨਾਂ ਦੇ ਉੱਪਰ ਫਾਰਸੀ ਦਾ ਪ੍ਰਭਾਵ ਨਹੀਂਗਾ ਇੰਨਾ ਦਮੋਦਰ ਦੇ ਨਹੀਂਗਾ ਇੰਨਾ ਫਾਰਸੀ ਦਾ ਪ੍ਰਭਾਵ ਪੀਲੂ ਵਾਲੇ ਕਿਸੇ ਤੇ ਨਹੀਂਗਾ ਇਹਦੇ ਦੂਜੇ ਕਿਸਿਆਂ ਤੇ ਇੰਨਾ ਪ੍ਰਭਾਵ ਨਹੀਂਗਾ ਫਾਰਸੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਇਸ ਤੇ ਆ ਕਾਵਿ ਸ਼ੈਲੀ ਉੱਤੇ ਰਸ਼ਮੀ ਰੰਗ ਚੜਨਾ ਸ਼ੁਰੂ ਹੋ ਜਾਂਦਾ ਹੈ ਜੀ ਇਸ ਕਿਸੇ ਦੀ ਉਸਾਰੀ ਨੇ ਜਾਮੀ ਦੇ ਜੁਸਪ ਜਲੇਖਾ ਅਨੁਸਾਰ ਕੀਤੀ ਹੈ ਜੀ ਦੇਖੋ ਜੀ ਜਾਮੀ ਨੇ ਜੁਸਪ ਜਲੇਖਾ ਲਿਖਿਆ ਸੀ ਜਾਮੀ ਨਾਮ ਦਾ ਕਵੀ ਹੋਇਆ ਇੱਕ ਜਾਮੀ ਨੇ ਜਾਮੀ ਕਿਸਾਕਾਰ ਨੇ ਜੁਸਪ ਜਲੇਖਾ ਫਾਰਸੀ ਦੇ ਵਿੱਚ ਲਿਖਿਆ ਸੀ ਤੇ ਬੜਾ ਪ੍ਰਸਿੱਧ ਹੋਇਆ ਸੀ ਉਹ ਹਾਂਜੀ ਗੱਲ ਕਰਦੇ ਆਪਾਂ ਜੋ ਸੁਪਜ ਲੈਖਾਂ ਦੀ ਕਹਾਣੀ ਕੁਰਾਨ ਸਰੀਫ ਦੇ ਵਿੱਚ ਇਹਦਾ ਵਰਣਨ ਆਉਂਦਾ ਤੇ ਇਸ ਕਹਾਣੀ ਨੂੰ ਅਨੁਲ ਕਸ਼ਿਸ਼ ਨਾਮ ਤੋਂ ਵੀ ਜਾਣਿਆ ਜਾਂਦਾ ਅਨੁਲ ਕਸ਼ਿਸ਼ ਦਾ ਮਤਲਬ ਹੁੰਦਾ ਵੀ ਸਾਰਿਆਂ ਤੋਂ શ્રેਸ਼ਟ ਕਹਾਣੀ ਤੇ ਇਹ ਕਹਾਣੀ ਦੇ ਵਿੱਚ ਆਪਾਂ ਹੁਣ ਗੱਲ ਕਰਦੇ ਆਂ ਜੀ ਸੂਰਤ ਯੂਸੁਫ ਦੇ ਨਾਮ ਹੇਟ ਇਹ ਕਹਾਣੀ ਹੈ ਜਿਹੜੀ ਇਹ ਕੁਰਾਨ ਸਰੀਫ ਦੇ ਵਿੱਚ ਲਿਖੀ ਹੋਈ ਹੈ ਇਹ ਕਹਾਣੀ ਮਤਲਬ ਇਸ ਕਹਾਣੀ ਦਾ ਸਬੰਧ ਮੁਸਲਮਾਨ ਧਰਮ ਦੇ ਨਾਲ ਸੰਬੰਧਿਤ ਹੈ ਪਾਵਨ ਕੁਰਾਨ شریف ਦੇ ਨਾਲ ਸੰਬੰਧਿਤ ਹੈ ਕਹਾਣੀ ਇਹ ਦੀ ਕੁਛ ਐਵੇਂ ਹੈ ਵੀ ਇਬਰਾਹਿਮ ਪੈਗੰਬਰ ਦਾ ਪੁੱਤਰ ਸੀ ਯਾਕੂਬ ਯਾਕੂਬ ਦਾ ਅਗੇ ਪੁੱਤਰ ਸੀ ਯੂਸਫ ਯੂਸਫ ਸੀ ਜਿਹੜਾ ਉਹ ਪੁੱਤਰ ਸੀ ਉਹਦਾ ਤੇ ਬੜਾ ਜੀ ਸੋਹਣਾ ਸੀ ਉਹਦਾ ਪਿਓ ਨੂੰ ਬੜਾ ਪਿਆਰ ਕਰਦਾ ਸੀ ਤੇ ਉਹਨੂੰ ਕੀ ਹੋਇਆ ਵੀ ਇੱਕ ਦਿਨ ਸੁਪਨਾ ਆਇਆ ਯੂਸਫ ਨੂੰ ਵੀ ਉਹ ਕਿਤੋਂ ਦਾ ਰਾਜਾ ਬਣੂਗਾ ਜਾ ਕੇ ਤੇ ਉਹਦੇ ਭਰਾਵਾਂ ਨੂੰ ਉਹਦੇ ਸੁਪਨੇ ਦਾ ਪਤਾ ਲੱਗਿਆ ਉਹਦੇ ਭਰਾ ਕਹਿੰਦੇ ਵੀ ਜੇ ਬਣ ਗਿਆ ਰਾਜਾ ਤੇ ਸਾਡੀ ਐਸੀ ਤਾਂ ਐਸੀ ਹੋ ਜੂਗੀ ਇਸ ਇਹਨੂੰ ਕਿਉਂ ਰਾਜਾ ਬਣਨ ਦੀ ਹੈ ਉਹ ਕਿਤੇ ਸ਼ਿਕਾਰ ਸ਼ਕੂਰ ਕਰਨ ਦੇ ਬਾਨੇ ਹੋ ਜੰਗਲਾ ਚ ਲੈ ਗਏ ਹਨ ਤੇ ਬੋਚ ਬਾਚ ਕੇ ਜੇ ਪਚਕਾਰ ਪਚਕੂਰ ਕੇ ਜੇ ਖੂਚ ਸੜਤਾ ਖੂਚ ਸੜਤਾ ਤੇ ਉਥੋਂ ਜੀ ਮਿਸ਼ਰ ਦੇ ਉਥੇ ਉਥੋਂ ਕਿਸੇ ਨੇ ਕੱਢ ਲਿਆ ਤੇ ਸੋਨਾ ਬੜਾ ਸੀਗਾ ਮਿਸ਼ਰ ਦੇ ਬਾਜ਼ਾਰ ਦੇ ਵਿੱਚ ਲੋ ਜੀ ਬੋਲੀ ਲੱਗੀ ਹੈ ਯੂਸਫ ਦੀ 500 ਰੁਪਿਆ 700 ਰੁਪਿਆ 1000 ਰੁਪਿਆ ਜਦੋਂ ਲੱਗੀ ਬੋਲੀ ਤੇ ਯੂਸਫ ਜਲਖਾ ਜਿਹੜੀ ਜਿਹੜੀ ਜੁਲੈਖਾ ਸੀਗੀ ਉਹ ਉੱਥੋਂ ਦਾ ਇੱਕ ਸਰਦਾਰ ਸੀ ਮਿਸ਼ਰ ਦਾ ਅਜੀਜ਼ ਅਜੀਜ਼ ਨਾਮ ਦਾ ਸਰਦਾਰ ਉਹਦੀ ਸੀ ਬਉਟੀ ਉਹਦੀ ਮਹਿਰਾਰੂ ਸੀ ਉਹਦੀ ਘਰ ਵਾਲੀ ਸੀ ਉਹਦੀ ਲਗਾਈ ਸੀ ਜੁਲੈਖਾ ਤੇ ਉਹਨੂੰ ਸੁਪਨਾ ਵੀ ਪਹਿਲਾਂ ਕਈ ਵਾਰੀ ਆਇਆ ਸੀ ਜੋ ਸੁਬਾਰੇ ਪਰ ਆ ਸਰੀਰਿਕ ਕਟਣਾਵਾ ਨਾ ਪਰ ਆ ਸਰੀਰਿਕ ਕਟਣਾ ਹੈ ਪਰ ਆ ਸਰੀਰਿਕ ਪਰਾਪਾਤਿਕ ਉਹਨੂੰ ਪਹਿਲਾਂ ਤੋਂ ਸੁਪਨਾ ਆਉਂਦਾ ਵੀ ਐਵੇਂ ਕਰਕੇ ਜੀ ਉੱਥੇ ਉਹ ਹੈਗਾ ਨਾ ਬੰਜਾਰਨ ਫਿਲਮ ਦੇ ਵਿੱਚ ਆਉਂਦਾ ਹੁੰਦਾ ਨਾ ਉਨੂੰ ਸੁਪਨਾ ਆਉਂਦਾ ਹੈ ਆਪਣੇ ਉਹਨੂੰ ਇਹ ਲੈ ਲੈਂਦੇ ਉਹਨੂੰ ਰਿਸ਼ੀ ਕਪੂਰ ਨੂੰ ਦਿਸਦੀ ਹੁੰਦੀ ਹੈ ਸ਼੍ਰੀ ਦੇਵੀ ਤੇਰੀ ਬਨਜਾਰ ਨ ਰਸਤਾ ਦੇਖੇ ਤੂੰ ਕਬ ਆਏਗਾ ਮੇਰੇ ਬਨਜਾਰੇ ਤੂੰ ਨਾ ਆਇਆ ਆ ਗਈ ਸਾਰੇ ਕਬ ਆਏਗਾ ਮੇਰੇ ਬਨਜਾਰੇ ਕਿ ਬਹੁਤ ਦੂਰ ਕਿ ਆਦੇਸ਼ ਹੈ ਤੇਰਾ ਐਵੇਂ ਕਰਕੇ ਹਨਾ ਬੜੇ ਤਰੀਕੇ ਜਨ ਬੜਾ ਸੋਹਣਾ Song ਹੈ ਬੜਾ ਪਿਆਰਾ ਹਨਾ ਅੱਛਾ ਹੁਣ ਉਹ ਇਹਨੇ ਕੀ ਕੀਤਾ ਵੀ ਉਹ ਜਦੋਂ ਉਹਨੇ ਖਰੀਦ ਲਿਆਂਦਾ ਨੌਕਰ ਬਣਾ ਲਿਆ ਕਰੇ ਤੇ ਉਹ ਸੋਚਦੀ ਸੀ ਵੀ ਮੈਨੂੰ ਇਹ ਮਤਲਬ ਵੀ ਪਿਆਰ ਕਰੂਗਾ ਪਰ ਉਹਨੂੰ ਜੋਸਫ ਨੂੰ ਲੱਗੇ ਵੀ ਇਹ ਤੇ ਵਿਆਹੀ ਵੀ ਹੈ ਵਿਆਹੀ ਵੀ ਹੈਗੀ ਸੀ ਉਹ ਤੇ ਉਹ ਕੀ ਹੋਇਆ ਵੀ ਬੜਾ ਵੀ ਚੱਕਰ ਪਿਆ ਤਖੜਾ ਵੀ ਜਿਵੇਂ ਉਹੀ ਕਹਾਣੀ ਹੋ ਗਈ ਜਿਵੇਂ ਆਪਣੇ ਉਹ ਪੜਦੇ ਆਪਾਂ ਵੀ ਉਹ ਪੂਰਨ ਭਗਤ ਵਾਲੀ ਹੋ ਗਈ ਜਿਵੇਂ ਗੱਲ ਉਹਦੇ ਨਾਲ ਵੀ ਪੂਰਨ ਭਗਤ ਜਿਹੜੀ ਉਹਦੀ ਮਤਰੀ ਮਾਸੀ ਲੂਣਾ ਤੇ ਉਹ ਕਹੇ ਵੀ ਮੈਨੂੰ ਮਤਲਬ ਉਹ ਕਹਿੰਦੀ ਵੀ ਮੈਂ ਤੈਨੂੰ ਚਾਹੁੰਨੀ ਐ ਤੇ ਉਹ ਵਿਚਾਰਾ ਹੁਣ ਜਾਵੇ ਕਿੱਧਰ ਮਰਦੀ ਕੀ ਨਹੀਂ ਕਰਦੀ ਹੈ ਨਾ ਤੇ ਉਹ ਵਾਂਗ ਯੋਸਫ ਦੇ ਹਾਲਾਤ ਹੋ ਗਏ ਹੁਣ ਉਸ ਤੋਂ ਬਾਅਦ ਕੀ ਹੋਇਆ ਵੀ ਉਹ ਕਹਿੰਦਾ ਵੀ ਤੂੰ ਸ਼ਾਦੀशुदा ਹੈ ਤੇ ਮੈਂ ਤੇਰੇ ਨਾਲ ਕੋਈ ਮੁਹੱਬਤ ਨਹੀਂ ਪਾ ਸਕਦਾ ਉਹ ਜੀ ਉਹਨੂੰ ਜੇਲ੍ਹ ਚ ਸਟਵਾ ਦਿੰਦੀ ਹੈ 12 ਸਾਲ ਜੇਲ੍ਹ ਚ ਰਹਿੰਦਾ ਆ 12 ਸਾਲ ਲੜਣਾ ਜੱਬ ਉਹ ਦਮੋਦਰ ਕਹਿੰਦਾ ਵੀ 12 ਸਾਲਾਂ ਦੀ ਹੀਰ ਨੂੰ ਪ੍ਰੇਮ ਹੋ ਗਿਆ ਤੇ 12 ਸਾਲ ਕਹਿੰਦੇ ਜੀ ਰਾਂਝੇ ਨਹੀਂ ਰਦੀਆਂ ਮੱਝਾ ਚਾਰੀਆਂ ਤੇ 12 ਸਾਲ ਕੀ ਹੋਇਆ ਜੁਲੱਖਿਆ ਨੇ ਯੋਸਫ ਨੂੰ ਜੇਲ੍ਹ ਦੇ ਵਿੱਚ ਤਾੜਤਾ ਬੜੀਆਂ ਹਨਾ ਫਿਰ ਉਹ ਕੀ ਕਰਦਾ ਵੀ ਮਿਸਰ ਦੇ ਬਾਦਸ਼ਾਹ ਨੂੰ ਇੱਕ ਬੜਾ ਅਜੀਬ ਜਿਹਾ ਸੁਪਨਾ ਆਉਂਦਾ ਮਿਸਰ ਦੇ ਬਾਦਸ਼ਾਹ ਨੂੰ ਉੱਥੋਂ ਦੇ ਨੂੰ ਜਿੱਥੇ ਮਿਸਰ ਦੇ ਸ਼ਹਿਰ ਦੇ ਵਿੱਚ ਜਿੱਥੇ ਬੋਲੀ ਲੱਗਦੀ ਸੀ ਯੂਸੁਫ ਦੀ ਬੋਲੀ ਲੱਗਦੀ ਹੈ ਉਹਨੂੰ ਆਉਂਦਾ ਸੁਪਨਾ ਤੇ ਉਹ ਕਹਿੰਦਾ ਵੀ ਸੁਪਨੇ ਦੇ ਵਿੱਚ ਉਹਨੂੰ ਕੋਈ ਪਹੇਲੀ ਮਤਲਬ ਸਲਝਾਉਣੀ ਹੁੰਦੀ ਹੈ ਬੜਾ ਸੋਚਦਾ ਉਹ ਵੀ ਕਿਵੇਂ ਸਲਝਾਵਾਂ ਫਿਰ ਉਹ ਕਹਿੰਦਾ ਜੀ ਕੋਈ ਜਿਹੜਾ ਸਲਝਾਊਗਾ ਤੇ ਉਹ ਮੇਰਾ ਮਤਲਬ ਅਗਲਾ ਉਹਨੂੰ ਮੈਂ ਆਪਣਾ ਰਾਜਕੁਮਾਰ ਨਿਯੁਕਤ ਕਰ ਦੂੰਗਾ ਅਗਲਾ ਰਾਜਾ ਮੇਰਾ ਉਹ ਹੋਊਗਾ ਤੇ ਜਦੋਂ ਇੰਨੀ ਗੱਲ ਹੋਈ ਤੇ ਯੂਸਫ ਕਹਿੰਦਾ ਜੀ ਮੈਨੂੰ ਇਹਦਾ ਪਤਾ ਹੈ ਇਹਨੂੰ ਸੁਪਨੇ ਦਾ ਇਹਦਾ ਮਤਲਬ ਮੈਨੂੰ ਪਤਾ ਹੈ ਬਿਲਕੁਲ ਜਦੋਂ ਉਹਨੇ ਦੱਸਿਆ ਹਨ ਕੇ ਤੇ ਬਾਦਸ਼ਾਹ ਨੇ ਉਹਨੂੰ ਰਾਜਾ ਬਣਾਤਾ ਤੇ ਉਹ ਸਰੀਰਕ ਉਪਰ ਸਰੀਰ ਯੂਸਫ ਦੇ ਕੋਲ ਇੱਕ ਸੀਗੀ ਨੀ ਸੋਟੀ ਤਾਂ ਨਹੀਂ ਕਹਿੰਦੇ ਉਹਨੂੰ ਛੜੀ ਹਾਂ ਛੜੀ ਸੀਗੀ ਛੜੀ ਉਹਨੇ ਜਿਵੇਂ ਆਖਦੇ ਐਵੇਂ ਕਰਕੇ ਕਮਾਈ ਸ਼ਕਤੀਆਂ ਆਉਧੀਆਂ ਵਿਖਾਈਆਂ ਸ਼ਕਤੀਮਾਨ ਵਾਲੀਆਂ ਤੇ ਉਹਨੂੰ ਜਵਾਨ ਕਰ ਲਿਆ ਕਿਉਂਕਿ ਉਹ 12 ਸਾਲ ਜਦੋਂ ਰਹਾ ਤੇ ਉਹ ਤੇ ਬੁੱਢੀ ਹੋ ਗਈ ਹੋਣੀ ਆ ਉਹਦੇ ਆਖੀਆਂ ਚੁਰ ਰੀਆਂ ਤੇ ਉਦੋਂ ਕਿਹੜੀਆਂ ਹੱਥੇ ਫੇਰ ਲਵਣੀਆਂ ਸੀਗੀਆਂ ਹਨ ਵੀ ਕੋਈ ਮੇਕਅਪ ਵਾਲਾ ਤਾਂ ਸਿਸਟਮ ਨਹੀਂ ਸੀ ਵੀ ਉਹਨੂੰ ਕਰਕੇ ਤੇ ਫਿਰ ਉਹਨੇ ਕੀ ਕੀਤਾ ਉਹਦੇ ਕੋਲ ਇੱਕ ਸੀਗਾ ਮੇਕਅਪ ਵਾਲਾ ਸਮਾਨ ਉਹ ਸੀਗੀ ਛੜੀ ਉਹਨੇ ਛੜੀ ਐਵੇਂ ਕਰਕੇ ਲਾਈ ਜਦੋਂ ਤੇ ਦੇ ਲੱਖਾਂ ਦਵਾਰੇ ਹੋ ਗਈ ਜਵਾਨ ਦੋਨਾਂ ਦਾ ਵਿਆਹ ਹੋ ਗਿਆ ਦੋਨੇ ਖੁਸ਼ੀ ਖੁਸ਼ੀ ਰਹਿਣ ਲੱਗੇ ਵੇਖਿਆ ਕਿੱਡਾ ਸੁਖਾਂਤਕ ਐਂਡ ਹੋਇਆ ਇਸ ਘਟਨਾ ਦਾ ਵਾਹ ਜੀ ਵਾਹ ਬੜੀ ਵਧੀਆ ਲੱਗੀ ਮੈਨੂੰ ਮੈਨੂੰ ਸੁਣਾ ਕੇ ਬੜਾ ਵਧੀਆ ਲੱਗਾ ਤੁਹਾਨੂੰ ਸੁਣ ਕੇ ਤੇ ਇਦੋਂ ਨਜ਼ਾਰਾ ਹੋਣਾ ਹਾਂ ਆ ਜਾਓ ਫਿਰ ਗੱਲ ਕਰਦੇ ਆ ਇਹਦੇ ਤੇ ਉਜਸੁਪ ਜਲੇਖਾਂ ਤੇ ਗੱਲਾਂ ਹੋ ਗਈਆਂ ਕਲੀਅਰ ਅੱਗੇ ਗੱਲਾਂ ਬਹੁਤ ਹੋਣੀਆਂ ਐ ਇਹਦੇ ਬਾਰੇ ਬਸ ਧਿਆਨ ਰੱਖਿਓ ਇਹਦੇ ਤੇ ਪ੍ਰਸ਼ਨ ਕਿਹੜੇ ਕਿਹੜੇ ਬਣਦੇ ਆ ਆਜਾਓ ਹੁਣ ਕਲਾਸ ਦੇ ਵਿੱਚ ਹਾ ਸਮਝ ਆ ਗਿਆ ਆਪਣਾ ਡਾਕਟਰ ਪਿਆਰ ਸਿੰਘ ਕਹਿੰਦਾ ਵੀ ਬਰਖੁਰਦਾਰ ਦੇ ਕਲਾਮ ਵਿੱਚ ਖਾਸ ਕਰਕੇ ਯੂਸੁਫ ਜਲੇਖਾਂ ਵਿੱਚ ਬਰਖੁਰਦਾਰ ਨੇ ਤਿੰਨ ਕਿਸੇ ਲਿਖਿਆ ਇੱਕ ਮਿਰਜ਼ਾ ਸਾਹਿਬ ਸੱਸੀ ਪੁੰਨੋ ਯੂਸੁਫ ਜਲੇਖਾਂ ਬੀ ਡਾਕਟਰ ਪਿਆਰ ਸਿੰਘ ਕਹਿੰਦਾ ਜੀ ਖਾਸ ਕਰਕੇ ਯੂਸੂਫ ਜਲੇਖਾ ਜਿਹੜਾ ਕਸਾਂ ਲੱਗਿਆ ਨਾ ਕਹਿੰਦਾ ਉਹਦੇ ਵਿੱਚ ਜਿਹੜੀ ਮਦਰਤਾ ਨਾ ਕਹਿੰਦਾ ਉਹ ਮੇਰੇ ਇੱਥੇ ਲੱਗ ਗਈ ਕਹਿੰਦਾ ਇੱਥੇ ਵਜੀ ਕਹਿੰਦਾ ਹਾਂ ਉਹ ਪੰਜਾਬੀ ਦੀਆਂ ਬਹੁਤ ਘੱਟ ਰਚਨਾਵਾਂ ਦਾ ਵਿਰਸਾ ਹੈ ਇਹ ਗੱਲ ਡਾਕਟਰ ਪਿਆਰ ਸਿੰਘ ਦੇ ਕਥਨ ਹੂਬ ਹੂ ਯਾਦ ਰੱਖਿਓ ਤੁਸੀਂ ਪ੍ਰਸ਼ਨ ਅੱਜਕੱਲ ਐਵੇਂ ਦੇ ਹੀ ਆਉਂਦੇ ਆ ਡਾਕਟਰ دیਵਾਨਾ ਕਹਿੰਦਾ ਡਾਕਟਰ ਦੀਵਾਨਾ ਕਹਿੰਦਾ ਦੀਵਾਨਾ 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 ਮੈਂ ਹਾਫਿਜ਼ ਇੱਕ ਮਹਾਨ ਸਾਹਿਤਕਾਰ ਸੀ ਕਹਿੰਦਾ ਜਿਹੜਾ ਕੀ ਕਹਿੰਦਾ ਵੀ ਸ਼ਹਿਜ਼ਾਦੇਆਂ ਤੇ ਕਿਰਸਾਨਾਂ ਅਨਪੜਾ ਤੇ ਵਿਦਵਾਨਾਂ ਮੌਲਾਣਿਆਂ ਨਾਲ ਇੱਕ ਸਮਾਨ ਕੁਲਿਆ ਮਿਲਿਆ ਸੀ ਉਹ ਜਨ ਸਿੱਖਿਆ ਤੇ ਲੋਕ ਸਾਹਿਤ ਦੇ ਮਹਾਨ ਕਾਰਜ ਨੂੰ ਸੰਪੂਰਨ ਕਰ ਸਕਿਆ ਪੰਜਾਬੀ ਭਾਸ਼ਾ ਦੇ ਮਾਧਿਅਮ ਦੁਆਰਾ ਸਾਹਿਤ ਅਤੇ ਧਰਮ ਦਾ ਪ੍ਰਚਾਰ ਕੀਤਾ ਉਸ ਬੰਦੇ ਨੇ ਇਹ ਗੱਲ ਡਾਕਟਰ ਦੀਵਾਨਾ ਨੇ ਕਹੀ ਕੀਦੇ ਬਾਰੇ ਹਾਫਿਜ਼ ਬਰਖੁਰਦਾਰ ਬਾਰੇ ਗੱਲ ਚੇਤੇ ਰੱਖਿਓ ਤੁਸੀਂ ਉਹ ਬੰਨੀਆਂ ਲੰਮੀਆਂ ਲੰਮੀਆਂ ਅੱਜਕੱਲ ਤਾਂ ਲੰਮੇ ਲੰਮੀਆਂ ਟੂਕਾਂ ਪੁੱਛਣ ਦਾ ਰਵਾਜ ਹੈ ਐਵੇਂ ਦੀ ਐਵੇਂ ਧਿਆਨ ਰੱਖਿਓ ਵੀ ਸਾਰਿਆਂ ਦੇ ਵਿੱਚ ਉਹ ਇੱਕ ਸਮਾਨ ਕੁਲਿਆ ਮਿਲਿਆ ਸੀ ਜਨ ਸਿੱਖਿਆ ਤੇ ਲੋਕ ਸਾਹਿਤ ਦੇ ਕਾਰਜ ਨੂੰ ਸੰਪੂਰਨ ਕੀਤਾ ਉਸ ਬੰਦੇ ਨੇ ਅੱਗੇ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਸਾਹਿਤ ਅਤੇ ਧਰਮਤਾ ਇ슬람 ਧਰਮ ਦਾ ਪ੍ਰਚਾਰ ਬਹੁਤ ਕੀਤਾ ਨੇ ਜੋਸੁਫ ਜਲੇਖਾ ਵਾਲੇ ਕਿੱਸੇ ਦੇ ਵਿੱਚ ਡਾਕਟਰ ਸ਼ੀਤਲ ਕਹਿੰਦਾ ਵੀ ਹਾਫਿਜ਼ ਦੀ ਗੱਲ ਦੀ ਸਿਹਤ ਗੱਲ ਦੀ ਸਿੱਧਾ ਪੂਰਾ ਗੱਲ ਦੀ ਸਿੱਧੇ ਜਾਣਾ ਕਈ ਵਾਰੀ ਨੱਕ ਦੀ ਸਿੱਧੇ ਵੀ ਕਹਿੰਦੇ ਹਨ ਨੱਕ ਦੀ ਸਿੱਧੇ ਵਾਕ ਅਸ਼ਾ ਮੁਹਾਵਰੇਦਾਰ ਵੀ ਉਹ ਉਹ ਪੁੱਛਦਾ ਵੀ ਮੈਂ ਕਿਹੜੇ ਰਾਹ ਜਾਣਾ ਉਹਨੂੰ ਆਪਾਂ ਕਹੀਏ ਵੀ ਤੂੰ ਨੱਕ ਦੀ ਸਿੱਧੇ ਤੁਰਿਆ ਜਾ ਮਤਲਬ ਸਿੱਧਾ ਸਿੱਧਾ ਤੁਰਿਆ ਜਾ ਨੱਕ ਦੀ ਸਿੱਧੇ ਜਾਂ ਗੱਲ ਦੀ ਸਿੱਧ ਸ਼ਬਦਾਂ ਤੇ ਕਥਾ ਵਸਤੂ ਦਾ ਸੰਕੋਚ ਮਤਲਬ ਦਾ ਖੁੱਲਾ ਡੁੱਲਾ ਬਿਆਨ ਟੁਕਵੇ ਰੂਪਕ ਤੇ ਦ੍ਰਿਸ਼ਟਾਂਤ ਉੱਚੇ ਭਾਵ ਸੋਚ ਉਡਾਰੀ ਆਦ ਵਰਗੇ ਅੰਸ਼ ਉਸਨੂੰ ਕਾਵਿ ਕਲਾ ਵਿੱਚ ਨਪੁੰਨ ਬਣਾਉਂਦੇ ਹਨ ਹਾਫਿਜ਼ ਵਿੱਚ ਤਰਤੀਬ ਹੈ ਜਿਹੜੀ ਉਹ ਪੱਦਰੀ ਅਤੇ ਸਵਾਰੀ ਹੈ ਬਸ ਇੰਨੀ ਗੱਲ ਰੱਖਿਓ ਧਿਆਨ ਡਾਕਟਰ ਜੀਤ ਸੰਸ਼ੀਤਲ ਦੀ ਦੇਖੋ ਜੀ ਹੁਣ ਦੇਖੋ ਨੋਟ ਲਾ ਲਾ ਕੇ ਮੈਂ ਕੰਲਾ ਲਿਖਤੀਆਂ ਕਿਤੇ ਮੈਂ 200 ਵਾਲਾ ਨੋਟ ਲਾਇਆ ਕਿਤੇ 500 ਵਾਲਾ ਕਿਤੇ ਸਿੱਧਾ 2000 ਵਾਲਾ ਵੀ ਲਾਇਆ ਆਲਦੇ ਹਿਸਾਬ ਨਾਲ ਇਕੱਠੇ ਕਰ ਲਿਓ ਤੁਸੀਂ ਹਾਂਜੀ ਨੋਟ ਲਾ ਕੇ ਲਿਖਿਆ ਵੀ ਮਰਜਾ ਸਾਹਿਬਾਂ ਵਿੱਚ ਨਕਸ਼ਕ ਵਿਧੀ ਦੀ ਵਰਤੋਂ ਕੀਤੀ ਆ ইরਾਨੀ ਫਾਰਸੀ ਪਰੰਪਰਾ ਦੇ ਅਨੁਸਾਰ ਨਕਸ਼ਕ ਵਿਧੀ ਦੀ ਵਰਣਨ ਕਰਨੀ ਕਿਉਂਕਿ ਦੇਖੋ ਪਹਿਲੇ ਕਸਾਕਰਾਂ ਨੇ ਨਕਸ਼ਕ ਵਿਧੀ ਦੀ ਵਰਣਨ ਨਹੀਂ ਕੀਤੀ ਉਹਨਾਂ ਨੇ ਕੀ ਕੀਤਾ ਸੰਕੇਤਕ ਸ਼ੈਲੀ ਕਰਕੇ ਤੇ ਸੰਕੇਤਕ ਸ਼ੈਲੀ ਦੇ ਹਿਸਾਬ ਨਾਲ ਉਹਨਾਂ ਨੇ ਬਿਆਨ ਕਰਦਾ ਵੀ ਸੰਕੇਤ ਜਿਹਾ ਦਿੱਤਾ ਵੀ ਇੰਨੀ ਕਿ ਸੋਹਣੀ ਸੀ ਜਿਵੇਂ ਪੀਲੂ ਜਦੋਂ ਸਹੇਬਾਂ ਦੀ ਦੱਸਦਾ ਵੀ ਇੰਨੀ ਕਿੰਨੀ ਸੋਹਣੀ ਆ ਤੇ ਉਹ ਸੰਕੇਤਾਂ ਦਾ ਬਿਆਨ ਕਰਦਾ ਅਤ ਕਤਨੀ ਅਲੰਕਾਰ ਦੀ ਵਰਤੋਂ ਕਰਕੇ ਦੱਸ ਦਿੰਦਾ ਹੈ ਹਨ ਤੇ ਜਿਹੜਾ ਹੈਗਾ ਆਪਣੇ ਆਪਣਾ ਭਾਈ ਦਮੋਦਰ ਹੈ ਜਿਹੜਾ ਤੇ ਉਹ ਕੀ ਕਰਦਾ ਵੀ ਉਹ ਸਾਲ ਦਾ ਸਾਲ ਵਿਧੀ ਦੀ ਵਰਤੋਂ ਕਰਦਾ ਵੀ ਜਦੋਂ ਛੋਹਰ ਦੋ ਵਰਿਆਂ ਦੀ ਹੋਈ ਚਾਵਰਾ ਦੀ ਹੋਈ ਛਿਆਂ ਦੀ ਹੋਈ ਤੇ 12 ਵਰਿਆਂ ਦੀ ਹੋਈ ਉਹ ਤਾਂ ਕੀ ਕੀ ਹਨਾ ਵਾਪਰ ਰਿਆ ਗੱਲਾਂ ਕਰੇ ਸੱਚੀਆਂ ਤੇ ਦਰਦਰ ਕੂਕਾਂ ਪਾਈਆਂ ਤੇ ਟੱਕ ਰਹੀਆਂ ਕੁੜਵਾਈਆਂ ਹਨਾ ਕਿੰਨੀਆਂ ਗੱਲਾਂ ਉਹ ਲਿਖਦਾ ਪਰ ਸਭ ਤੋਂ ਪਹਿਲਾਂ ਮਿਰਜਾ ਜਿਹੜਾ ਕਿੱਸਾ ਹੈ ਜਿਹੜਾ ਮਿਰਜਾ ਸਾਹਿਬ ਇਹਦੇ ਵਿੱਚ ਨਕਸ਼ਿਕ ਵਿਧੀ ਦੀ ਵਰਤੋਂ ਕਰਦਾ ਸੁੰਦਰਤਾ ਦੇ ਕਾਮੁਕ ਤਰਾਤਲ ਦੀ ਪੇਸ਼ਕਾਰੀ ਕੀਤੀ ਹੈ ਇਹਨੇ ਨਾਕਸ਼ਕ ਵਿਧੀ ਦੇ ਵਰਣਨ ਦੇ ਵਿੱਚ ਇਸ ਨੇ ਐਰੋਟਿਕ ਜਿਹੜਾ ਕਹਿੰਦੇ ਆ ਕਾਮੁਕ ਵਰਣਨ ਕੀਤਾ ਇਸ ਨੇ ਕਾਮ ਸਬੰਧੀ ਵਰਣਨ ਇਸ ਬੰਦੇ ਨੇ ਕੀਤਾ ਮਤਲਬ ਕਿ ਆ ਵੀ ਇਹਦੇ ਸਰੀਰ ਦੇ ਉਹ ਅੰਗ ਵੀ ਇਹਨੇ ਗਿਣਾਤੇ ਇਹਦੇ ਆਪਣੇ ਸਹਿਵਾ ਦੇ ਵੀ ਜਿਹੜੇ ਬਸ ਤੁਸੀਂ ਅੱਗੇ ਆਪ ਸਮਝ ਲਿਓ ਸਹਿਬਾਂ ਦੀ ਸੁੰਦਰਤਾ ਤੇ ਉਸਦੇ ਅੰਗਾਂ ਦਾ ਨਿਰਸੰਕੋਚ ਕਾਮੁਕ ਵਰਣਨ ਕੀਤਾ ਇਸ ਬੰਦੇ ਨੇ ਐਰੋਟਿਕ ਵਿਧੀ ਅਪਣਾਈ ਆ ਕਾਮੁਕ ਵਿਧੀ ਅਪਣਾਈ ਆ ਮਰਜਾ ਸਾਹਿਬਾ ਕਿੱਸੇ ਦੇ ਵਿੱਚ ਜੋਸਫ ਜਲੇਖਾ ਵਿੱਚ ਵੀ ਨਕਸ਼ਕ ਵਿਧੀ ਵਰਤੀ ਹੈ ਜੋਸਫ ਜਲੇਖਾ ਵਿੱਚ ਤਾਂ ਬੜੀ ਪਿਆਰੇ ਪਿਆਰੇ ਸ਼ਬਦ ਵਰਤੇ ਆ ਪਰ ਇਹਦੇ ਵਿੱਚ ਥੋੜਾ ਜਿਹਾ ਮਤਲਬ ਮਰਜਾ ਸਾਹਿਬਾ ਜਿਹੜਾ ਕਿੱਸਾ ਇਹਦੇ ਵਿੱਚ ਥੋੜਾ ਜਿਹਾ ਕਾਮੁਕਤਾ ਦਾ ਜ਼ਿਆਦਾ ਵਰਣਨ ਕੀਤਾ ਹੈ ਨੋਟ ਲਾ ਕੇ ਇੱਕ ਹੋਗਾ ਹੋਰ ਗੱਲ ਲਿਖੀ ਆ ਵੀ ਫਾਰਸੀ ਮਸਨਵੀ ਦਾ ਡੂੰਗਾ ਪ੍ਰਭਾਵ ਸਭ ਤੋਂ ਪਹਿਲਾਂ ਕਿਹਨੇ ਗ੍ਰੈਂਡ ਕੀਤਾ ਉਹ ਹਾਫਿਜ਼ ਬਰਖੁਰਦਾਰ ਨੇ ਦਮੋਦਰ ਤੇ ਪੀਲੂ ਦੋਨਾਂ ਤੇ ਹੀ ਫਾਰਸੀ ਮਸਨਵੀ ਦਾ ਪ੍ਰਭਾਵ ਨਹੀਂ ਸੀ ਉਸ ਤੋਂ ਬਾਅਦ ਦੇਖੋ ਜੀ ਇਹ ਕਿਸੇ ਵਿੱਚ ਸਹਿਬਾਂ ਦੀ ਮੌਤ ਨੂੰ ਦਿਖਾਇਆ ਗਿਆ ਹੈ ਜੋ ਪੀਲੂ ਨਹੀਂ ਕਰ ਸਕਿਆ ਗੱਲ ਹੋ ਗਈ ਜੀ ਆਪਣੀ ਹਨਾ ਹਾਂ ਹੀਰ ਦਮਦਰ ਮਰਜਾ ਸਹਿਬਾਂ ਪੀਲੂ ਸੱਸੀ ਪੁੰਨੂ ਹਾਫਿਜ਼ ਬਰਕਰਾਰ ਇਹਨਾਂ ਵਿੱਚ ਵਿੱਚ ਮੈਨੂੰ ਕਈ ਵਾਰੀ ਗੱਲਾਂ ਲਿਖਦੀਆਂ ਨਾ ਜਦੋਂ ਆਪਾਂ ਧਿਆਨ ਚਾਉਂਦੀਆਂ ਤੇ ਉਦੋਂ ਗੱਲ ਅਚਾਨਕ ਯਾਦ ਆਉਂਦੀ ਹੈ ਫਿਰ ਮੈਂ ਉੱਥੇ ਹੀ ਇਹਨੂੰ ਵੀ ਮੈਂ ਇਹਨੂੰ ਵਿੱਚ ਹੀ ਫਿੱਟ ਕਰ ਦਉ ਦੇ ਹੀਰ ਦਮੋਦਰ ਲਿਖੀ ਹੈ ਮਿਰਜਾ ਸਾਹਿਬਾ ਪੀਲੂ ਤੇ ਸੱਸੀ ਪੁੰਨੂ ਹਾਫਿਜ਼ ਬਰਖੁਰਦਾਰ ਇਹ ਜੀ ਮੌਲਿਕ ਰਚਨਾਵਾਂ ਨਹੀਂ ਹਨ ਸਗੋਂ ਉਹਨਾਂ ਨੇ ਲੋਕ ਪ੍ਰਚਲਿਤ ਕਥਨਾਵਾਂ ਨੂੰ ਪਹਿਲੀ ਵਾਰ ਕਾਬਦ ਕੀਤਾ ਹੈ ਗੱਲ ਸਮਝੋ ਇਸ ਗੱਲ ਨੂੰ ਧਿਆਨ ਨਾਲ ਵੀ ਜਿਹੜੇ ਹੀਰ ਦਮੋਦਰ ਨੇ ਲਿਖੀ ਪੀਲੂ ਨੇ ਮਿਰਜਾ ਸਾਹਿਬਾ ਹਾਫਿਜ਼ ਬਰਖੁਰਦਾਰ ਨੇ ਸੱਸੀ ਪੁੰਨੂ ਇਹ ਮੌਲਿਕ ਰਚਨਾਵਾਂ ਨਹੀਂ ਹੈ ਇਹਨਾਂ ਦੀਆਂ ਇਹਨਾਂ ਨੇ ਆਪ ਨਿਰਮਾਣ ਨਹੀਂ ਕੀਤਾ ਇਹਨਾਂ ਦੀਆਂ ਇਹਨਾਂ ਦੀਆਂ ਪਰਸਨਲ ਰਚਨਾਵਾਂ ਨਹੀਂ ਆ ਪਹਿਲਾਂ ਤੋਂ ਹੀ ਲੋਕ ਕਥਾ ਦੇ ਰੂਪ ਵਿੱਚ ਲੋਕਾਂ ਦੇ ਵਿੱਚ ਪ੍ਰਚਲਿਤ ਸੀ ਬੈਸੋ ਲੋਕਾਂ ਦੇ ਵਿੱਚ ਗੱਲਬਾਤ ਦੇ ਰੂਪ ਵਿੱਚ ਪ੍ਰਚਲਿਤ ਸੀ ਕਹਾਣੀ ਦੇ ਰੂਪ ਵਿੱਚ ਸੀ ਕਥਾ ਦੇ ਰੂਪ ਵਿੱਚ ਸੀ ਪਰ ਜਦੋਂ ਇਹਨਾਂ ਕਿੱਸਾ ਕਰ ਰਹੇ ਨੇ ਉਹਨੂੰ ਲਿਖਿਆ ਤੇ ਉਹਨੂੰ ਕਾਵ ਰੂਪ ਦੇ ਵਿੱਚ ਲਿਖਤਾ ਲੋਕਾਂ ਦੇ ਵਿੱਚ ਤਾਂ ਇਹ ਗੱਲ ਪ੍ਰਚਲਿਤ ਸੀ ਇਹ ਗੱਲਾਂ ਇਹਨਾਂ ਦੀਆਂ ਕਹਾਣੀਆਂ ਇਹਨਾਂ ਦੇ ਕਿੱਸੇ ਹੀਰ ਦੇ ਮਿਰਜਾ ਸਾਹਿਬਾਂ ਦੇ ਸੱਸੀ ਪੁੰਨੂ ਦੇ ਇਹਨਾਂ ਦੇ ਕਿਸੇ ਲੋਕਾਂ ਦੇ ਵਿੱਚ ਆਮ ਹੀ ਪ੍ਰਚਲਿਤ ਸੀ ਘਰ-ਘਰ ਦੇ ਵਿੱਚ ਜਿਹੜੀ ਇਹਨਾਂ ਦੀ ਗੱਲ ਚੱਲੀ ਸੀ ਘਰ-ਘਰ ਚੱਲੀ ਗੱਲ ਤੇ ਸਿਮਰਨਜੀਤ ਕਰਦਾ ਮਸਲੇ ਹੱਲ ਹਾਂ ਅੱਛਾ ਆ ਜੋਨ ਸਿਮਰਨਜੀਤ ਮੈਂ ਇਕੱਲਾ ਨਹੀਂ ਆ ਸਿਮਰਨਜੀਤ ਸਿੰਘ ਦੇ ਨਾਮ ਦੇ ਲੋਕ ਆ ਜਿਹੜੇ ਉਹ ਦੁਨੀਆ ਤੇ ਬਹੁਤ ਆ ਅੱਛਾ ਅੱਗੇ ਆ ਜੋ ਮੌਲਿਕ ਰਚਨਾਵਾਂ ਨਹੀਂ ਹਨ ਸਗੋਂ ਉਹਨਾਂ ਨੇ ਲੋਕ ਪ੍ਰਚਲਿਤ ਕਥਾਵਾਂ ਨੂੰ ਪਹਿਲੀ ਵਾਰ ਕਾਵਿਬਦ ਕੀਤਾ ਇਹ ਮੌਲਿਕ ਰਚਨਾਵਾਂ ਨਹੀਂ ਇਹਨਾਂ ਨੂੰ ਯਾਦ ਰੱਖਿਓ ਗੱਲ ਨੂੰ ਦਿਮਾਗ ਦੇ ਵਿੱਚ ਪੂਰੀ ਫਿੱਟ ਰੱਖਿਓ ਇਹਨੂੰ ਐਵੇਂ ਦਾ ਪ੍ਰਸ਼ਨ ਮੈਨੂੰ ਆਇਆ ਲੱਗਦਾ ਰਹਿੰਦਾ ਵੀ ਇੱਥੋਂ ਪ੍ਰਸ਼ਨ ਬਣਾਊਗਾ ਇਗਜ਼ਾਮੀ ਨਾ ਐਵੇਂ ਜਦੋਂ ਲੱਗਦਾ ਨਾ ਮੈਨੂੰ ਤੇ ਫਿਰ ਬਣਦਾ ਵੀ ਉੱਥੇ ਹੀ ਇਹ ਮੇਰੇ ਤੇ ਮੇਰਾ ਤੇ ਦਿਲ ਕਹਿੰਦੀ ਨਾ ਇੱਥੇ ਪ੍ਰਸ਼ਨ ਬਣਦਾ ਉੱਥੇ ਹੀ ਬਣਦਾ ਹੈ ਜੋਸੂਫ ਜਲੇਖਾ ਕਿੱਸਾ ਰਚਣ ਦੀ ਤਾਰੀਖ ਦਾ ਜ਼ਿਕਰ ਕੀਤਾ ਤੇ ਬਾਕੀ ਕਿੱਸਿਆਂ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਨੇ ਜੋਸੂਫ ਜਲੇਖਾ ਕਿੱਸੇ ਦੀ ਨੇ ਤਾਰੀਖ ਦਾ ਜ਼ਿਕਰ ਕੀਤਾ ਜੇ ਮੈਂ ਕਿਤੇ ਕੋਈ ਤਾਰੀਖ ਲਿਖਤੀ ਹੋਵੇ ਤਾਂ ਧਿਆਨ ਰੱਖਿਓ ਉਹਦੀ ਆਪਦੀ ਨਹੀਂਗੀ ਉਹ ਮਤਲਬ ਕਿਸੇ ਲੇਖਕ ਨੇ ਕਿਆਸ ਕੋਈ ਅੰਦਾਜ਼ਾ ਲਾਇਆ ਤਾਂ ਇਹ ਗੱਲਾਂ ਹੌਲੀ-ਹੌਲੀ ਕਲੀਅਰ ਹੁੰਦੀਆਂ ਰਹਿਣਗੀਆਂ ਸਾਰੀਆਂ ਮੈਂ ਤੁਹਾਨੂੰ ਦੱਸਿਆ ਸੀ ਨਾ ਜਦੋਂ ਆਪਾਂ ਮੰਨ ਲਓ ਗੱਲ ਕਰਾਂਗੇ ਵਾਰੀਸ਼ਾ ਦੀ ਫਿਰ ਆਪਾਂ ਦਮੋਦਰ ਦੀ ਦਾਰੇ ਦੁਆਰੇ ਗੱਲ ਕਰਾਂਗੇ ਫਿਰ ਆਪਾਂ ਅਹਿਮਦਯਾਰ ਦੀ ਗੱਲ ਕਰਾਂਗੇ ਫਿਰ ਆਪਾਂ ਮੁਕਬਲ ਦੀ ਵੀ ਗੱਲ ਕਰਾਂਗੇ ਫਿਰ ਆਪਾਂ ਵਾਰੀਸ਼ਾ ਦੀ ਵੀ ਨਾਲ ਕਰਾਂਗੇ ਇਸ ਕਰਕੇ ਕਿੱਸਾ ਕਰ ਸਾਰੇ ਐਵੇਂ ਹੀ ਚੱਲਦੇ ਰਹਿਣਗੇ ਤੇ ਜਦੋਂ ਆਪਾਂ ਕੀ ਨਾ ਲੈਂਦੇ ਆ ਇਹ ਜੋਸਫ ਜ ਲੈਖਾ ਜਿਹੜਾ ਹੁਣ ਆਪਾਂ ਪੜ ਲਿਆ ਸੱਸੀ ਪੁੰਨੂ ਜਦੋਂ ਆਪਾਂ ਹਾਸ਼ਮ ਸਾਹ ਚ ਪੜਾਂਗੇ ਉਦੋਂ ਹਾਫਿਜ਼ ਬਰਕਰਾਰ ਨੂੰ ਫੇਰ ਯਾਦ ਕਰਨਾ ਪਊਗਾ ਆਪਾਂ ਨੂੰ ਫੇਰ ਦੁਬਾਰੇ ਆਊਗਾ ਕਲੀਅਰ ਹੋਣੀ ਆ ਸੱਸੀ ਪੁੰਨੂ 바ਵਾ ਬੁੱਧ ਸਿੰਘ ਕਹਿੰਦਾ ਵੀ ਦੇਖੋ ਹੁਣ ਇਹਦੀ ਪਹਿਲੀ ਰਚਨਾ ਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਕੋਈ ਕਹਿੰਦਾ ਜੀ ਕੋਸ਼ ਹੈ ਕੋਈ ਕੋਸ਼ ਕੋਸ਼ ਕਹਿੰਦਾ ਪਰ 바ਵਾ ਬੁੱਧ ਸਿੰਘ ਕਹਿੰਦਾ ਵੀ ਇਹਨੇ ਸਭ ਤੋਂ ਪਹਿਲਾਂ ਰਚਨਾ ਸੱਸੀ ਪੁੰਨੂ ਕਿਸੇ ਦੀ ਕੀਤੀ ਸੀ ਧਿਆਨ ਰੱਖਿਓ ਰਸ਼ਨ ਬਹੁਤ ਇੰਪੋਰਟੈਂਟ ਹੈ ਬਾਬਾ ਬੁੱਧ ਸਿੰਘ ਕਹਿੰਦਾ ਨਹੀਂ ਜੀ ਸਭ ਤੋਂ ਪਹਿਲਾਂ ਇਹਨੇ ਰਚਨਾ ਹੀ ਸੱਸੀ ਪੁੰਨੂ ਕਿਸੇ ਦੀ ਕੀਤੀ ਹੈ ਚਲੋ ਠੀਕ ਹੈ ਜੀ ਸੱਸੀ ਪੁੰਨੂ ਵਿੱਚ ਫਾਰਸੀ ਨਕਸ਼ਕ ਵਿਧੀ ਦੀ ਪਹਿਲਾ ਵਰਤੋਂ ਕੀਤੀ ਹੈ ਹਾਫਿਜ਼ ਦੀ ਕਹਾਣੀ ਦੇ ਆਧਾਰ ਤੇ ਬਹਿਬਲ ਨੇ 1778 ਇਸਵੀ ਵਿੱਚ ਸੱਸੀ ਪੁੰਨੂ ਦੀ ਰਚਨਾ ਕੀਤੀ ਸੀ ਬਹਿਬਲ ਕਵੀ ਬਾਅਦ ਦੇ ਵਿੱਚ ਹੋਇਆ 1778 ਦੇ ਵਿੱਚ ਉਹਨੇ ਕੀ ਕੀਤਾ ਹਾਫਿਜ਼ ਬਰਖੁਰਦਾਰ ਨੇ ਸੱਸੀ ਪੁੰਨੂ ਦੀ ਜਿਹੜੀ ਕਹਾਣੀ ਲਿਖੀ ਸੀ ਉਸੇ ਕਹਾਣੀ ਦੇ ਆਧਾਰ ਤੇ ਹੀ ਬਹਿਬਲ ਨਾਮ ਦੇ ਕਿੱਸਾਕਾਰ ਨੇ ਵੀ ਕਿੱਸਾ ਲਿਖਿਆ ਸੀ ਹੀਰ ਦੇ ਮੋਦਰ ਵਿੱਚ ਸਸੀ ਪੁੰਨੂ ਦੀ ਕਥਾ ਦਾ ਝੋਲਾ ਪੈਂਦਾ ਦੇਖੋ ਜੀ ਹੁਣ ਤੁਹਾਨੂੰ ਜੇ ਮੰਨ ਲਓ ਪ੍ਰਸ਼ਨ ਇੱਕ ਬਣ ਜੇ ਹੀਰ ਦੇ ਮੋਦਰ ਦੀ ਗੱਲ ਆ ਗਈ ਦਮੋਦਰ ਨੇ ਵੀ ਥੋੜਾ ਜਿਹਾ ਮਤਲਬ ਜ਼ਿਕਰ ਕੀਤਾ ਥੋੜਾ ਜਿਹਾ ਸਸੀ ਪੁੰਨੂ ਦਾ ਹਾਲਾਂਕਿ ਆਪਾਂ ਨੂੰ ਪਤਾ ਵੀ ਸੱਸੀ ਪੁੰਨੂ ਦੀ ਜਿਹੜਾ ਜ਼ਿਕਰ ਆਇਓ ਜਿਹੜੀ ਹੈਗੀ ਆਪਣੇ ਭਾਈ ਗੁਰਦਾਸ ਜੀ ਦੀ 27ਵੀਂ ਬਾਅਦ ਦੇ ਵਿੱਚ ਆਪਾਂ ਨੂੰ ਪ੍ਰਗਟ ਹੁੰਦਾ ਉਹਦਾ ਜ਼ਿਕਰ ਪੂਰਾ ਹੁੰਦਾ ਹੁਣ ਹੀਰ ਦੇ ਮੋਦਰ ਦੇ ਵਿੱਚ ਵੀ ਕੀ ਸੱਸੀ ਪੁੰਨੂ ਦਾ ਥੋੜਾ ਜਿਹਾ ਝੋਲਾ ਪੈਂਦਾ ਗੱਲ ਦਾ ਵੀ ਇਹ ਗੱਲ ਮੈਨੂੰ ਲੱਗਦਾ ਹੈ ਵੀ ਜਿਵੇਂ ਸੱਸੀ ਪੁੰਨੂ ਦੇ ਬਾਰੇ ਕੀਤੀ ਹੋਗੀ ਦੇਖੋ ਹੁਣ ਆ ਹੀਰ ਦੇ ਮੋਦਰ ਦਾ ਉਦਾਹਰਣ ਕਿਤੇ ਐ ਸਮਝਣ ਨੂੰ ਪਤਾ ਨਹੀਂ ਕਿਹਦਾ ਹੀਰ ਦੇ ਮੋਦਰ ਦਾ ਕੇ ਤਕਸੀਰ ਮੈਂ ਬਖਤੋਂ ਤਤੀ ਪਲਰ ਮਹੀਂ ਨਿਤੋਹੀ ਔਸੀ ਨੀਦ ਔਸੀ ਨਿਤ ਪੈਂਦੀ ਆਹੀ ਕੇਚ ਮਿਲਾਵੇ ਕੋਈ ਹੁਣ ਆਪਾਂ ਨੂੰ ਪਤਾ ਹੈ ਵੀ ਆ ਕੇਚ ਲਿਖਿਆ ਹੈ ਕੇਚ ਜਿਹੜਾ ਇਹ ਕੇਚਮਸ਼ਹਿਰ ਸੀਗਾ ਕੇਚ ਦਾ ਮਤਲਬ ਹੈ ਕੇਚਮਸ਼ਹਿਰ ਕੇਚਮ ਕੇਚਮ ਤੇ ਪੰਭੋਰ ਸ਼ਹਿਰ ਤੋਂ ਸੱਸੀ ਪੰਨੂ ਦੇ ਕਿੱਸੇ ਦੇ ਵਿੱਚ ਆਉਂਦੇ ਆ ਹਨ ਜਦੋਂ ਆਪਾਂ ਪੜਾਂਗੇ ਸਹਾਸ਼ਮਸ਼ਾਲਾ ਸੱਸੀ ਪੰਨੂ ਤੇ ਉਹਦਾ ਚੰਗੀ ਤਰ੍ਹਾਂ ਤੁਹਾਨੂੰ ਦੱਸੂਗਾ ਕੇਚਮ ਤੇ ਪੰਭੋਰ ਸ਼ਹਿਰ ਦੇ ਫਿਲਹਾਲ ਇੰਨਾ ਹੀ ਸੁਣ ਲਓ ਵੀ ਕੇਚਮ ਇੱਕ ਸ਼ਹਿਰ ਹੈ ਜੀ ਦਾ ਸਬੰਧ ਸੱਸੀ ਪੁੰਨੂ ਦੇ ਕਿਸੇ ਨਾਲ ਹੈ ਜਿਹੜੇ ਕਿਸੇ ਨਾਲ ਸੱਸੀ ਪੁੰਨੂ ਦੇ ਕੇਚ ਮਤਲਬ ਕੇਚਮ ਹੁਣ ਇਹ ਕੇਚਮ ਸ਼ਹਿਰ ਤੋਂ ਲੱਗਦਾ ਹੈ ਕੇਚਮ ਸ਼ਹਿਰ ਤੋਂ ਝੋਲਾ ਪੈਂਦਾ ਹੈ ਇਸ ਗੱਲ ਦਾ ਇਸ ਗੱਲ ਦਾ ਥੋੜਾ ਜਿਹਾ ਸ਼ੱਕ ਪੈਂਦਾ ਹੈ ਇਸ ਗੱਲ ਦਾ ਥੋੜਾ ਜਿਹਾ ਕਿ ਇਹ ਹੀਰ ਦਮੋਦਰ ਦੇ ਵਿੱਚ ਵੀ ਸੱਸੀ ਪੁੰਨੂ ਕਿਸੇ ਦਾ ਜ਼ਿਕਰ ਹੋਇਆ ਆ ਉਦਾਹਰਨ ਤੁਹਾਡੇ ਸਾਹਮਣੇ ਮੈਂ ਲਿਖਦਾ ਹਾਂਜੀ ਹੁਣ ਆ ਗਿਆ ਜੀ ਕਿੱਸਾ ਯੂਸਫ ਜੀ ਲੈਖਾਂ ਯਾਦ ਰੱਖਿਓ ਬਣਾਇਆ ਕੇਚਮ ਸ਼ਹਿਰ ਨੂੰ ਹਾਂ ਯੂਸੁਫ ਜਿਲੇਖਾਂ ਦਾ ਮੁੱਖ ਸੋਮਾ ਕੁਰਾਨ ਸਰੀਫ ਹੈ ਜੀ ਦੇ ਵਿੱਚ ਆਪਾਂ ਗੱਲ ਕਰ ਲਈ ਬਾਰੀ-ਬਾਰੀ ਗੱਲਾਂ ਆਈ ਜਾਣੀਆਂ ਮੈਂ ਕਿਹਾ ਕੋਈ ਨਹੀਂ ਬਾਰੀ-ਬਾਰੀ ਆਈ ਜਾਣ ਭਾਵੇਂ ਐਦੀ ਪੀਡੀਐਫ ਤੁਹਾਨੂੰ ਮਿਲ ਹੀ ਜਾਊਗੀ ਕੋਈ ਦਿੱਕਤ ਨਹੀਂ ਬਾਰੀ-ਬਾਰੀ ਮੈਂ ਕਿਹਾ ਲਿਖੀ ਜਾਣੀਆਂ ਕੋਈ ਨਹੀਂ ਤੁਹਾਨੂੰ ਯਾਦ ਰਹਿਣੀਆਂ ਬਾਰੀ-ਬਾਰੀ ਆਪਾਂ ਰਿਪੀਟ ਕਰਾਂਗੇ ਨਾ ਗੱਲਾਂ ਚੇਤੇ ਤਾਂ ਰਹਿਣ ਕਮ ਸੇ ਕਮ ਹਨਾ ਮੁੱਖ ਸੋਮਾ ਕੁਰਾਨ ਸਰੀਫ ਹੈ ਸੂਰਤ ਯੂਸੁਫ ਪੰਜਾਬੀ ਕਿੱਸਾਕਾਰਾਂ ਨੇ ਫਾਰਸੀ ਵਿੱਚ ਰਚੀਤਾ ਜਿਹੜਾ ਯੂਸਫ ਜੁਲੈਖਾ ਨਾਲ ਸੰਬੰਧਿਤ ਮਸਨਵੀ ਤੋਂ ਪ੍ਰੇਰਣਾ ਲਈ ਹੈ ਇਸ ਕਥਾ ਵਿੱਚ ਪੰਜਾਬ ਦੇ ਆਮ ਕਿੱਸਿਆਂ ਤੋਂ ਉਲਟ ਖੁੱਲੇ ਪਿਆਰ ਦੀ ਨਿਖੇਦੀ ਕੀਤੀ ਗਈ ਹੈ ਅਤੇ ਪਾਟਕਾਂ ਨੂੰ ਧਾਰਮਿਕ ਇਸਲਾਮੀ ਸਰਾ ਵਿੱਚ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਗਈ ਹੈ ਇਹ ਕਿੱਸਾ ਹੈ ਜਿਹੜਾ ਯੂਸਫ ਜੁਲੈਖਾ ਮੁਸਲਮਾਨ ਕਿਸਾਕਾਰਾਂ ਨੇ ਇਸ ਕਿਸੇ ਨੂੰ ਧਾਰਮਿਕ ਰੰਗਣ ਦਿੱਤਾ ਕਿਉਂਕਿ ਇਸ ਕਿਸੇ ਦੀ ਕਹਾਣੀ ਸੂਰਤ ਯੂਸੁਫ ਦੇ ਨਾਮ ਤੋਂ ਸੂਰਤ ਯੂਸੁਫ ਦੇ ਨਾਮ ਤੋਂ ਕੁਰਾਨ ਸ਼ਰੀਫ ਦੇ ਵਿੱਚ ਦਰਜ ਹੈ ਤੇ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਪਾਵਨ ਪਵਿੱਤਰ ਧਾਰਮਿਕ ਗ੍ਰੰਥ ਹੈ ਤੇ ਜਿੰਨੇ ਵੀ ਕਿੱਸਾਕਾਰ ਲਗਭਗ ਹੋਏ ਪ੍ਰਸਿੱਧ ਉਹ ਮੁਸਲਮਾਨ ਹੈ ਤੇ ਹਾਫਿਜ਼ ਬਰਖੁਰਦਾਰ ਤੇ ਇਹ ਵੀ ਨਾਮ ਹੈ ਜਿਹੜਾ ਇਹ ਇੱਕ ਮੁਸਲਮਾਨ ਹੈ ਤੇ ਇਹਦਾ ਮਤਲਬ ਹਾਫਿਜ਼ ਬਰਖੁਰਦਾਰ ਹੈ ਜਿਹੜਾ ਉਹ ਉਹਦਾ ਧਰਮ ਕੀ ਹੈ ਉਹ ਹੈਗਾ ਜੀ ਧਰਮ ਪੱਖੋਂ ਮੁਸਲਮਾਨ ਦਾ ਜਦੋਂ ਉਹ ਮੁਸਲਮਾਨ ਹੈ ਤਾਂ ਇਹਦਾ ਮਤਲਬ ਹੈ ਕਿ ਉਹ ਜਿਵੇਂ ਇਹਨੂੰ ਜਿਹੜਾ ਇਸ ਕਿਸੇ ਦਾ ਮੈਂ ਤੁਹਾਨੂੰ ਦੱਸਿਆ ਵੀ ਕੁਰਾਨ ਸ਼ਰੀਫ ਦੇ ਵਿੱਚ ਇਹਨੂੰ ਐਨੁਲ ਕਸ਼ਿਸ਼ ਕਿਹਾ ਗਿਆ ਹੈ ਐਨੁਲ ਕਸ਼ਿਸ਼ ਦਾ ਮਤਲਬ ਹੁੰਦਾ ਹੈ ਬਹੁਤ ਸਾਰੀਆਂ ਸਾਰੀਆਂ ਕਥਾਵਾਂ ਦੇ ਵਿੱਚੋਂ ਇੱਕ ਸਰੇਸ਼ਟ ਕਥਾ ਸਰਵ ਸਰੇਸ਼ਟ ਕਥਾ ਉਹ ਸੂਰਤ ਯੂਸੁਫ ਨੂੰ ਕਿਹਾ ਗਿਆ ਹੈ ਹੁਣ ਇਹਦਾ ਮਤਲਬ ਇਹ ਹੈ ਵੀ ਇਹ ਇਹਦੇ ਵਿੱਚ ਧਾਰਮਿਕ ਕਟੜਤਾ ਜ਼ਰੂਰ ਹੋਊਗੀ ਤੇ ਹੁਣ ਆਪਣੇ ਲੋਕ ਕੀ ਕਰਦੇ ਸੀਗੇ ਯੂਸੁਫ ਜਲਾਹਾ ਦੀ ਕਹਾਣੀ ਇੰਨੀ ਪ੍ਰਸਿੱਧ ਨਾ ਹੋਣ ਦਾ ਕਾਰਨ ਕੀ ਹੈ ਕਿਉਂ ਕਿ ਸਾਡੇ ਲੋਕਾਂ ਨੂੰ ਤਾਂ ਇਸ਼ਕ ਮਜਾਜੀ ਚਾਹੀਦਾ ਸਾਡੇ ਲੋਕਾਂ ਨੂੰ ਕੀ ਚਾਹੀਦਾ ਹੈ ਵੀ ਖੁੱਲੇ ਪਿਆਰ ਦੀ ਜਿਹਦੇ ਵਿੱਚ ਵਰਣਨ ਕੀਤਾ ਹੋਵੇ ਪਰ ਯੂਸੁਫ ਜਲਾਹਾ ਕਿਸੇ ਦੇ ਵਿੱਚ ਤਾਂ ਖੁੱਲੇ ਪਿਆਰ ਦੀ ਨਿਖੇਦੀ ਕੀਤੀ ਗਈ ਹੈ ਨਿਖੇਦੀ ਮਤਲਬ ਨਾ ਮਨਾ ਤੇ ਇਹ ਪਾਟਕਾ ਨੂੰ ਧਾਰਮਿਕ ਇਸਲਾਮੀ ਸਰਾਂ ਦੇ ਵਿੱਚ ਜਿਉਣ ਜੀਵਨ ਜਿਉਣ ਦੀ ਪ੍ਰੇਰਣਾ ਦਿੰਦਾ ਇਹ ਕਿੱਸਾ ਇਸ ਕਰਕੇ ਇਹ ਕਿੱਸਾ ਜਾਇਦਾ ਪ੍ਰਸਿੱਧ ਨਹੀਂ ਹੋ ਸਕਿਆ ਕਿਉਂਕਿ ਧਾਰਮਿਕਤਾ ਦੇ ਨਾਲ ਸੰਬੰਧਿਤ ਅਧਿਆਤਮਿਕ ਦੋ ਲਹਿਰਾਂ ਤਾਂ ਪਹਿਲਾਂ ਹੀ ਚੱਲੀ ਜਾਂਦੀਆਂ ਸੀ ਦੋ ਧਾਰਾ ਤਾਂ ਇੱਕ ਆਪਣੇ ਚੱਲੀ ਜਾਂਦੀ ਸੀ ਸੂਫੀ ਕਾਵਤਾਰ ਤੇ ਇੱਕ ਚੱਲਦੀ ਜਾਂਦੀ ਸੀ ਗੁਰਮਤ ਕਾਵਤਾਰ ਤੇ ਨਾਲ ਭਗਤੀ ਲਹਿਰ ਵੀ ਚੱਲੀ ਜਾਂਦੀ ਸੀ ਤੇ ਹੁਣ ਇੰਨਾ ਕੁਛ ਤਾਂ ਧਾਰਮਿਕਤਾ ਦੇ ਦਾਇਰੇ 'ਚ ਆ ਗਿਆ ਤੇ ਉਸ ਤੋਂ ਬਾਅਦ ਰਹਿ ਕੀ ਗਿਆ ਲੈ ਦੇ ਕੇ ਕਿੱਸਾ ਰਹਿ ਗਿਆ ਸੀ ਤੇ ਉਹਦੇ ਵਿੱਚ ਵੀ ਆ ਜੋਸਫ ਜੁਲੈਖਾ ਨੇ ਕਿਸੇ ਦੇ ਵਿੱਚ ਕੀ ਹੋਇਆ ਇਹਦੇ ਵਿੱਚ ਵੀ ਧਾਰਮਿਕ ਰੰਗਣ ਆ ਗਿਆ ਕਿਉਂਕਿ ਧਾਰਮਿਕ ਰੰਗਣ ਹੋਣਾ ਹੀ ਸੀ ਵੀ ਇਹ ਕਿਸੇ ਦਾ ਆਪਣੇ ਸੰਬੰਧ ਕੁਰਾਨ ਸ਼ਰੀਫ ਅਧ ਗ੍ਰੰਥ ਦੇ ਨਾਲ ਜੋ ਮੁਸਲਮਾਨਾਂ ਦਾ ਧਾਰਮਿਕ ਪਾਵਨ ਗ੍ਰੰਥ ਜਿਵੇਂ ਆਪਣੇ ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਉਵੇਂ ਹੀ ਮੁਸਲਮਾਨਾਂ ਵਾਸਤੇ ਕੀ ਹੈ ਪਾਵਨ ਕੁਰਾਨ ਸ਼ਰੀਫ ਹੁਣ ਅੱਗੇ ਕੀ ਹੋਇਆ ਦੇਖੋ ਜੀ ਜੋਸਫ ਜੁਲੈਖਾ ਕਿਸੇ ਨੂੰ ਸਭ ਤੋਂ ਪਹਿਲਾਂ ਫਾਰਸੀ ਵਿੱਚ ਸ਼ਾ ਨਮਾ ਦਾ ਕਰਤਾ ਫਿਰਦौसी ਨੇ ਲਿਖਿਆ ਸੀਗਾ ਯੂਸਫ ਜਲਾਖਾ ਦੇ ਕਿਸੇ ਨੂੰ ਫਾਰਸੀ ਵਿੱਚ ਫਾਰਸੀ ਵਿੱਚ ਫਾਰਸੀ ਵਿੱਚ ਪੰਜਾਬੀ ਵਿੱਚ ਨਹੀਂ ਫਾਰਸੀ ਵਿੱਚ ਹਾਂ ਤੇ ਹੁਣ ਦੇਖੋ ਜੀ ਪਰ ਜਾਮੀ ਦੁਆਰਾ ਲਿਖਿਆ ਮਸਲਵ ਯੂਸਫ ਜਲਾਖਾ ਸਭ ਤੋਂ ਵੱਧ ਪ੍ਰਸਿੱਧ ਹੋਇਆ ਨੌਲੇਜ ਦੀਆਂ ਗੱਲਾਂ ਵੈਸੇ ਹੀ ਮੈਂ ਕਿਹਾ ਤੁਹਾਨੂੰ ਦੱਸ ਦਈਏ ਕੋਈ ਪਤਾ ਨਹੀਂ ਐਗਜ਼ਾਮੀਨਰ ਦੇ ਇੱਥੇ ਖੋਪੜੇ 'ਚ ਕੀ ਚੱਲੀ ਜਾਂਦਾ ਹੈ ਹਣਾ ਇਸ ਕਰਕੇ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਚੰਗੀਆਂ ਹੁੰਦੀਆਂ ਮੈਂ ਕਿਹਾ ਫਾਰਸੀ ਵਾਲੀਆਂ ਗੱਲਾਂ ਵੀ ਦੱਸ ਹੀ ਦਵਾਂ ਵੈਸੇ ਤਾਂ ਆਪਾਂ ਨੂੰ ਪਤਾ ਹੈ ਵੀ ਸਭ ਤੋਂ ਪਹਿਲਾਂ ਪੰਜਾਬੀ ਜਿਹੜਾ ਕਿੱਸਾ ਇਹ ਹਾਫਿਜ਼ ਬਰਖੁਰਦਾਰ ਨੇ ਲਿਖਿਆ ਪੰਜਾਬੀ ਦੇ ਵਿੱਚ ਯੂਸਫ ਜਲੈਖਾ ਪਰ ਫਾਰਸੀ ਦੇ ਵਿੱਚ ਸਭ ਤੋਂ ਪਹਿਲਾਂ ਇਹਨੂੰ ਫਰਦौसी ਨੇ ਲਿਖਿਆ ਸੀ ਜਿਹਦਾ ਇੱਕ ਸ਼ਾਹਨਾਮਾ ਤੁਸੀਂ ਪੜ੍ਹਦੇ ਆ ਤੇ ਹੁਣ ਉਸ ਤੋਂ ਬਾਅਦ ਪਰ ਇੱਕ ਜਾਮੀ ਨੇ ਲਿਖਿਆ ਜਾਮੀ ਨੇ ਵੀ ਲਿਖਿਆ ਸੀ ਯੂਸਫ ਜਲੈਖਾ ਮਸਨਵੀ ਦੇ ਵਿੱਚ ਉਹ ਵੀ ਫਾਰਸੀ ਦੇ ਵਿੱਚ ਹੀ ਸੀ ਉਹ ਸਭ ਤੋਂ ਜ਼ਿਆਦਾ ਪ੍ਰਸਿੱਧ ਹੋਇਆ ਸੀ ਬਾਈਬਲ ਦੇ ਵਿੱਚ ਵੀ ਯੂਸੁਫ ਜਿਲੇਖਾ ਦੀ ਕਥਾ ਦਾ ਹੈ ਪਰ ਇਸਲਾਮੀ ਕਸਾ ਕਵੀਆਂ ਨੇ ਉਸ ਦਾ ਕੋਈ ਪ੍ਰਭਾਵ ਗ੍ਰਹਿਣ ਨਹੀਂ ਕੀਤਾ ਬਾਈਬਲ ਬਾਈਬਲ ਦੇ ਵਿੱਚ ਵੀ ਜਿਹੜਾ ਇਸਾਈਆਂ ਦਾ ਧਾਰਮਿਕ ਗ੍ਰੰਥ ਹੈ ਉਹਦੇ ਵਿੱਚ ਵੀ ਇਹਦੀ ਕਥਾ ਦਾ ਜ਼ਿਕਰ ਹੈਗਾ ਯੂਸੁਫ ਜਿਲੇਖਾ ਦੀ ਕਥਾ ਦਾ ਪਰ ਇਹ ਜਿਹੜੇ ਮੁਸਲਮਾਨ ਜਿਹੜੇ ਪੰਜਾਬੀ ਜਿਹੜੇ ਹੋਏ ਆ ਕਵੀ ਉਹਨਾਂ ਨੇ ਸਿਰਫ ਪ੍ਰਭਾਵ ਜੇ ਗ੍ਰਹਿਣ ਕੀਤਾ ਹੈ ਤੇ ਉਹ ਕੁਰਾਨ ਸ਼ਰੀਫ ਵਾਲੀ ਕਥਾ ਦਾ ਕੀਤਾ ਹੈ ਬਾਈਬਲ ਵਾਲੀ ਕਥਾ ਦਾ ਉਹਨਾਂ ਦੇ ਨਾਲ ਕੋਈ ਸਬੰਧ ਨਹੀਂ ਹੈ ਹਾਫਿਜ਼ ਬਰਖੁਰਦਾਰ ਦੇ ਕਿਸੇ ਯੂਸਫ ਜਲਖਾ ਉੱਪਰ ਜਾਮੀ ਦੀ ਕਥਾ ਦਾ ਪ੍ਰਭਾਵ ਹੈ ਆ ਜਿਹੜਾ ਜਾਮੀ ਜਾਮੀ ਦੀ ਕਥਾ ਦਾ ਪ੍ਰਭਾਵ ਹੈ ਫਰਦौसी ਦੀ ਕਥਾ ਦਾ ਨਹੀਂਗਾ ਪ੍ਰਭਾਵ ਹੈ ਧਿਆਨ ਰੱਖਿਓ ਅਤੇ ਅਹਿਮਦ ਯਾਰ ਦੇ ਕਿਸੇ ਉੱਪਰ ਫਰਦौसी ਦੀ ਕਥਾ ਦਾ ਪ੍ਰਭਾਵ ਹੈ ਆਪਾਂ ਜਦੋਂ ਵਾਰਿਸ਼ਾ ਪੜਾਂਗੇ ਉਸ ਤੋਂ ਪਹਿਲਾਂ ਇੱਕ ਪ੍ਰਸਿੱਧ ਕਵੀ ਹੁੰਦਾ ਅਹਿਮਦ ਯਾਰ ਇਹਨਾਂ ਨੇ ਪ੍ਰਸਿੱਧ ਹੋਣ ਦਾ ਜਨਾਬ ਮੈਂ ਕਹਤਾ ਇੱਕ ਕਵੀ ਮਤਲਬ ਇੱਕ ਕਿੱਸਾਕਾਰ ਹੁੰਦਾ ਹਾਫਿਜ਼ ਬਰਖੁਰਦਾਰ ਤੋਂ ਬਾਅਦ ਉਹਦਾ ਹੁੰਦਾ ਦੇਖੋ ਗੁਰੂ ਨਾਨਕ ਕਾਲ ਦੇ ਵਿੱਚ ਚਾਰ ਕਿੱਸਾ ਕਵੀ ਆਪਾਂ ਪੜ੍ਹਦੇ ਹਾਂ ਦਮੋਦਰ ਪੀਲੂ ਹਾਫਿਜ਼ ਬਰਖੁਰਦਾਰ ਤੇ ਅਹਿਮਦ ਯਾਰ ਅਹਿਮਦ ਯਾਰ ਜਿਹੜਾ ਕਿੱਸਾਕਾਰ ਹੈ ਤੇ ਇੱਕ ਮਿਲਦਾ ਆਪਾਂ ਮੁਕਬਲ ਵੀ ਪੜ੍ਹਦੇ ਹਾਂ ਹਾਂ ਅਹਿਮਦ ਯਾਰ ਹੈ ਜਿਹੜਾ ਉਹ ਪਹਿਲਾ ਕਿੱਸਾਕਾਰ ਹੈ ਜੀਨੇ ਹੀਰ ਰਾਂਝਾ ਕਿਸੇ ਨੂੰ ਬੈਂਤ ਛੰਦ ਦੇ ਵਿੱਚ ਲਿਖਿਆ ਸੀ 40 ਮਾਤਰਾਵਾਂ ਵਾਲੇ ਛੰਦ ਦੇ ਵਿੱਚ ਜਿਹਨੂੰ ਬਾਖੂਬੀ ਜਿਹਨੂੰ ਜਿਹੜੇ ਬੈਂਤ ਛੰਦ ਨੂੰ ਪ੍ਰਸਿੱਧ ਕਿਨੇ ਕੀਤਾ ਸੀ ਬਾਰੀਸ਼ਾ ਨੇ ਤਾ ਕਰਕੇ ਆਪਾਂ ਉਹਦੇ ਤੇ ਵੀ ਗੱਲ ਕਰਨੀ ਹੈ ਤੇ ਹੁਣ ਅਹਿਮਦ ਯਾਰ ਨੇ ਇੱਕ ਤਾਂ ਹੀਰਾਂਜਾ ਕਿੱਸਾ ਲਿਖਿਆ ਸੀ ਇੱਕ ਉਹਨੇ ਲਿਖਿਆ ਸੀਗਾ ਯੂਸਫ ਜਲੇਖਾ ਵੀ ਯੂਸਫ ਜਲੇਖਾ ਨੂੰ ਸਭ ਤੋਂ ਪਹਿਲਾਂ ਹਾਲਾਂਕਿ ਹਾਫਿਜ਼ ਬਰਖਰਦਾਰ ਨੇ ਲਿਖਤਾ ਪਰ ਹਾਫਿਜ਼ ਬਰਖਰਦਾਰ ਦੀ ਜਿਹੜੀ ਕਹਾਣੀ ਹੈ ਹਾਫਿਜ਼ ਬਰਖਰਦਾਰ ਦਾ ਜਿਹੜਾ ਕਿੱਸਾ ਹੈ ਉਹਦੇ ਉੱਪਰ ਜਾਮੀ ਦੀ ਰਚਨਾ ਦਾ ਪ੍ਰਭਾਵ ਹੈ ਤੇ ਅਹਿਮਦ ਯਾਰ ਦੇ ਕਿੱਸੇ ਉੱਪਰ ਫਿਰਦौसी ਦੀ ਰਚਨਾ ਦਾ ਪ੍ਰਭਾਵ ਹੈ ਯਾਦ ਰੱਖਿਓ ਗੱਲ ਪੰਜਾਬੀ ਕਿੱਸਾ ਕਾਵ ਸੰਬੰਧੀ ਸਭ ਤੋਂ ਵੱਡੇ ਆਕਾਰ ਦੇ ਗ੍ਰੰਥ ਯੂਸਫ ਜ਼ਿਲੇਖਾਂ ਦੀ ਪਿਆਰ ਘਟਨਾ ਨਾਲ ਸੰਬੰਧਿਤ ਕਿੱਸੇ ਹਨ ਦੇਖੋ ਜੀ ਪੰਜਾਬੀ ਕਿੱਸਾ ਕਾਵ ਦੇ ਵਿੱਚ ਜੇ ਮੰਨ ਲਓ ਸਭ ਤੋਂ ਵੱਡੇ ਆਕਾਰ ਦੇ ਗ੍ਰੰਥ ਕਿਸੇ ਘਟਨਾ ਦੇ ਨਾਲ ਸੰਬੰਧਿਤ ਲਿਖੇ ਗਏ ਆ ਤਾਂ ਉਹ ਹੈਗੀ ਆ ਜੀ ਯੂਸਫ ਜੋ ਲੇਖਾਂ ਰੱਖਿਓ ਧਿਆਨ ਗੱਲ ਦਾ ਹਾਫਿਜ਼ ਨਹੀਂ ਹਾਫਿਜ਼ ਬਰਖੁਰਦਾਰ ਨੇ ਯੂਸਫ ਜ਼ਿਲੇਖਾਂ ਕਿਸੇ ਵਿੱਚ ਰਚਣ ਦਾ ਸਮਾਂ ਦਿੱਤਾ ਹੈ ਜੀ 1090 ਹਿਜਰੀ 1679 ਈਸਵੀ 1679 ਕਿਸੇ ਦੇ ਆਰੰਭ ਵਿੱਚ ਕਹਿੰਦਾ ਫਿਕਰ ਇਬਾਦਤ ਜ਼ਿਕਰ ਤਲਾਵਤ ਫਜ਼ਲ ਥੀਵੇ ਤਹਿਰੀਰੋ ਸੂਰਤ ਯੂਸੁਫ ਦੇ ਐਮਾਈਨੀ ਦੇਖ ਲਓ ਤਫਸੀਰੋ ਦੇਖ ਲਓ ਕਿੰਨਾ ਫਾਰਸੀ ਦਾ ਪ੍ਰਭਾਵ ਹੈ ਨਾ ਕਿਸੇ ਤੇ ਬਹੁਤ ਘੱਟ ਗੱਲਾਂ ਮੈਨੂੰ ਵੀ ਘਾਟੀ ਸਮਝਾਈਆਂ ਮੈਂ ਲਿਖ ਲਿਆ ਮੈਂ ਕਿਹਾ ਚਲੋ ਕੋਈ ਨਹੀਂ ਕਿਉਂਕਿ ਕੋਈ ਪਤਾ ਨਹੀਂ ਐਨੀ ਗੱਲ ਲਿਖ ਦੇਵੇ ਤੇ ਐ ਪੁੱਛ ਲੈ ਆਪ ਇੱਕ ਹੀ ਲਾਈਨ ਲਿਖ ਕੇ ਕਹਦੇ ਦੱਸੋ ਜੀ ਇਹ ਕਿਹੜੇ ਕਿਸੇ ਦੇ ਨਾਲ ਸੰਬੰਧਿਤ ਆ ਇੱਕ ਪ੍ਰਸ਼ਨ ਬਣੂਗਾ ਇਹਦੇ 'ਚ ਦੂਸਰਾ ਕਹਿ ਦੂਗਾ ਹਾਂਜੀ ਦੱਸੋ ਇਹ ਕਿਹੜੇ ਕਿੱਸਾਕਾਰ ਦੇ ਨਾਲ ਸੰਬੰਧਿਤ ਹੈ ਹਨਾ ਮੈਂ ਤਾਂ ਲਿਖਤੀ ਇੰਪੋਰਟੈਂਟ ਲੱਗੀ ਮੈਨੂੰ ਗੱਲ ਇਹ ਤੇ ਤੁਸੀਂ ਵੀ ਕੋਈ ਕਿਤਾਬ ਮੰਨ ਲਓ ਪੜ ਰਹੇ ਹੋ ਨਾ ਪੰਜਾਬੀ ਸਾਹਿਤ ਦਾ ਇਤਿਹਾਸ ਉਹਦੇ ਵਿੱਚ ਜਿਹੜੀ ਵੀ ਕੋਈ ਸਤਰ ਲਾਈਨ ਲਿਖੀ ਹੋਵੇ ਕਿਉਂਕਿ ਸਾਰਾ ਕਿੱਸਾ ਤਾਂ ਨਾ ਪੜਦੇ ਆ ਤੇ ਨਾ ਸਾਰੇ ਕਿੱਸੇ ਦੇ ਵਿੱਚੋਂ ਪ੍ਰਸ਼ਨ ਆਉਂਦੇ ਹੁੰਦੇ ਆ ਹੁਣ ਜੇ ਤੁਸੀਂ ਕਹੋਗੇ ਜੀ ਸਾਰਾ ਕਿੱਸਾ ਸਾਰਾ ਕਿੱਸਾ ਪੜਨ ਬੈਗੇ ਤੇ ਬਸ ਫਿਰ ਫਿਰ ਨੌਲੇਜ ਹੀ ਮਿਲੂਗਾ ਹੋਰ ਕੁਝ ਨਹੀਂ ਮਿਲਦਾ ਇਸ ਕਰਕੇ ਦੂ ਚੰਗਾ ਵੀ ਸਾਰਾ ਕਿੱਸਾ ਨੂੰ ਪੜਨ ਦੀ ਬਜਾਏ ਜਿਹੜੀਆਂ ਮਤਲਬ ਸਾਡੇ ਲੇਖਕਾਂ ਨੇ ਵਿੱਚ ਗੱਲਾਂ ਲਿਖਤੀਆਂ ਨਾ ਉਹਨਾਂ ਨੂੰ ਯਾਦ ਰੱਖੋ ਸਾਡੀ 11ਵੀਂ ਵਾਲੀ ਕਿਤਾਬ ਦੇ ਵਿੱਚ ਹਾਫਿਜ਼ ਬਰਖੁਰਦਾਰ ਹੋਊਗਾ ਹੀ ਹਾਫਿਜ਼ ਬਰਖੁਰਦਾਰ ਦੇ ਰੱਖਿਆ ਤੇ ਉਹਦੇ ਵਿੱਚ ਦੇਖੋ ਤੁਸੀਂ ਕਿਹੜੀਆਂ ਕਿੜੀਆਂ ਲਾਈਨਾਂ ਲਿਖੀਆਂ ਉਹ ਲਾਈਨਾਂ ਨੂੰ ਸਤਰਾ ਨੂੰ ਯਾਦ ਰੱਖਿਆ ਕਰੋ ਬਸ ਇੰਨੀ ਗੱਲ ਹੀ ਆ ਉਹਦੇ ਵਿੱਚੋਂ ਪ੍ਰਸ਼ਨ ਆਊਗਾ ਪੱਕਾ ਆਊਗਾ ਪੱਕਾ ਹਾਫਿਜ਼ ਨੇ ਜੁਲੈਖਾ ਨੂੰ ਇੱਕ ਨਾਇਕਾ ਵਾਂਗ ਨਹੀਂ ਸਗੋਂ ਇੱਕ ਮਾਨਯੋਗ ਪੈਗੰਬਰ ਪਤਨੀ ਹਰਮ ਦੇ ਰੂਪ ਵਿੱਚ ਪਵਿੱਤਰ ਭਾਵਨਾ ਨਾਲ ਚਿੱਤਰਿਆ ਜੀ ਕਹਿੰਦਾ ਹਾਫਿਜ਼ ਪਰ ਕਿਉਂਕਿ ਯੂਸੁਫ ਜੁਲੈਖਾ ਹੁਣ ਮੁਸਲਮਾਨਾਂ ਦੇ ਵਿੱਚ ਪ੍ਰੇਮ ਜਿਹੜਾ ਵੈਸੇ ਵੀ ਵਰਜਿਤ ਹੈ ਨਾ ਤੇ ਹੁਣ ਉਹਦੇ ਵਿੱਚ ਕੀ ਹੈ ਤੇ ਉਹਨੇ ਫਿਰ ਹੁਣ ਹੁਣ ਨੂੰ ਕੀ ਕੀਤਾ ਕਿਹੜੇ ਦੇ ਵਿੱਚ ਇੱਕ ਮਾਨਯੋਗ ਪੈਗੰਬਰ ਪਤਨੀ ਦੇ ਰੂਪ ਵਿੱਚ ਨਾਇਕਾ ਦੇ ਰੂਪ ਵਿੱਚ ਨਹੀਂ ਕੀਤਾ ਹੱਬੇ ਹਰਮ ਨਬੀਆਂ हसन ਦੇ ਮੂਮਨ ਮਾਮਾ ਜਾਣੋ ਅਵਲ ਆਖਰ ਇਸ ਇਮਾਨੇ ਮੁੱਲੋ ਸਕਨਾ ਆਣੋ ਹੁਣ ਗੱਲ ਕਰਦੇ ਆ ਜੀ ਕਿਰਪਾਲ ਸਿੰਘ ਕਸੇਲ ਦੀ ਕਿਰਪਾਲ ਸਿੰਘ ਕਸੇਲ ਨੇ ਪੁਸਤਕ ਲਿਖੀ ਹੈ ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ ਕਿਰਪਾਲ ਸਿੰਘ ਕਸੇਲ ਹਾਫਿਜ਼ ਦੀ ਵਿਸ਼ੇਸ਼ਤਾ ਉਹਨੇ ਤਿੰਨ ਗੱਲਾਂ ਦਾ ਕਰਕੇ ਮੰਨੀ ਹੈ ਧਿਆਨ ਰੱਖਿਓ ਜਦੋਂ ਤਿੰਨ ਗੱਲਾਂ ਦੀ ਗੱਲ ਆਊਗੀ ਹਾਫਿਜ਼ ਦੇ ਬਾਰੇ ਉਦੋਂ ਨਾਮ ਕਿਹੜੇ ਕਿਹਦਾ ਚੇਤੇ ਰੱਖਣਾ ਹੈ ਕਿਰਪਾਲ ਸਿੰਘ ਕਸੇਲ ਦਾ ਮਿਰਜ਼ਾ ਸਾਹਿਬਾਂ ਵਿੱਚ ਬਨਿਆਦੀ ਪਰਿਵਰਤਨ ਕਰਕੇ ਕਹਾਣੀ ਸੰਪੂਰਨ ਕੀਤੀ ਇੱਕ ਗੱਲ ਦੂਸਰੀ ਗੱਲ ਸਸੀ ਪੁੰਨੂ ਕਿਸੇ ਨੂੰ ਪਹਿਲੀ ਵਾਰ ਵੇਰਵੇ ਵਿੱਚ ਬਿਆਨ ਕੀਤਾ ਦੂਸਰੀ ਗੱਲ ਹੋ ਗਈ ਤੀਸਰੀ ਗੱਲ ਕਿੱਸਾ ਯੂਸੂਫ ਜ਼ਿਲਾਖਾ ਨੂੰ ਪਹਿਲੀ ਵਾਰ ਪੰਜਾਬੀ ਰੂਪ ਦਿੱਤਾ ਤਿੰਨ ਗੱਲਾਂ ਕਿਹਦੇ ਬਾਰੇ ਕਿਰਪਾਲ ਸਿੰਘ ਕਸੇਲ ਨੇ ਕਿਹਦੇ ਬਾਰੇ ਹਾਫਿਜ਼ ਦੀ ਵਿਸ਼ੇਸ਼ਤਾ ਤਿੰਨ ਗੱਲਾਂ ਦੇ ਵਿੱਚ ਦੱਸੀ ਹੈ ਰੱਖਿਓ ਯਾਦ ਇਸ ਗੱਲ ਨੂੰ ਸਟਾਰ ਲਾ ਦੇ ਉੱਤੇ ਮਿਰਜ਼ਾ ਸਾਹਿਬਾ ਕਿੱਸਾ ਜਿਹੜਾ ਉਹ ਮੰਗਲਾ ਚਰਨ ਦੇ ਨਾਲ ਨਹੀਂ ਸ਼ੁਰੂ ਹੁੰਦਾ ਸਗੋਂ ਸਗੋਂ ਕੀਦੇ ਨਾਲ ਨਾਇਕਾ ਸਾਈਬਾਂ ਦੀ ਸੁੰਦਰਤਾ ਤੋਂ ਸ਼ੁਰੂ ਹੁੰਦਾ ਹੈ ਹੁਣ ਇਹ ਵੀ ਗੱਲ ਧਿਆਨ ਦੇ ਵਿੱਚ ਰੱਖਿਓ ਵੀ ਇਹ ਮਿਰਜ਼ਾ ਸਾਹਿਬਾ ਜਿਹੜਾ ਇਹਦੇ ਵਿੱਚ ਨਾਇਕਾ ਦੀ ਸੁੰਦਰਤਾ ਤੋਂ ਸ਼ੁਰੂ ਕੀਤਾ ਹੈ ਪਰ ਪੀਲੂ ਤੇ ਦਮੋਦਰ ਨੇ ਨਾਇਕਾ ਦੀ ਸੁੰਦਰਤਾ ਤੋਂ ਨੋ ਸ਼ੁਰੂ ਕੀਤਾ ਉਹਨਾਂ ਨੇ ਨਾਇਕ ਦੀ ਸੁੰਦਰਤਾ ਤੋਂ ਐਕਟਰ ਦੀ ਸੁੰਦਰਤਾ ਤੋਂ ਸ਼ੁਰੂ ਕੀਤਾ ਪਰ ਇਹਨੇ ਐਕਟ੍ਰੈਸ ਦੀ ਸੁੰਦਰਤਾ ਤੋਂ ਨਾਇਕਾ ਦੀ ਸੁੰਦਰਤਾ ਤੋਂ ਸ਼ੁਰੂ ਕੀਤਾ ਕਹਿੰਦਾ ਸਾਈਬਾ ਰੰਗ ਮਜੀਠ ਦਾ ਜਿਉ ਜੋ ਰੰਗ ਤਰਨ ਉਹਦੀ ਜੁੱਤੀ ਤੇ ਦੋ ਵਾਲੀਆਂ ਦੋ ਬਤ ਕਾ ਚੁਗ ਚਗਨ ਅੱਗੇ ਬੜਾ ਕੋ ਸ਼ਿਆਨਾ ਛੱਡੋ ਇਹਨੂੰ ਹਾਂਜੀ ਡਾਕਟਰ ਪਿਆਰਾ ਸਿੰਘ ਭੋਗਲ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਕ ਦਾ ਨਾਮ ਹੈ ਡਾਕਟਰ ਪਿਆਰ ਸਿੰਘ ਇੱਕ ਦਾ ਨਾਮ ਹੈ ਡਾਕਟਰ ਪਿਆਰਾ ਸਿੰਘ ਭੋਗਲ ਦੋਨੋਂ ਅਲੱਗ-ਅਲੱਗ ਹੈ ਕਿੱਸਾ ਸੱਸੀ ਪੁੰਨੂ ਵਿੱਚ ਰਵਾਇਤੀ ਜਿਹਾ ਬਿਆਨ ਹੈ ਰਵਾਇਤ ਹੁੰਦਾ ਹੈ ਵੀ ਉਹ ਪਰੰਪਰਾ ਇੱਕ ਚੱਲੀ ਆ ਰਹੀ ਹੈ ਪਰੰਪਰਾਗਤ ਬਿਆਨ ਆ ਬਸ ਕਹਿੰਦਾ ਧਿਆਨ ਰੱਖਿਓ ਵੀ ਸੱਸੀ ਪੁੰਨੂ ਕਿਸੇ ਨੂੰ ਰਵਾਇਤੀ ਬਿਆਨ ਕਿਹਨੇ ਆਖਿਆ ਡਾਕਟਰ ਪਿਆਰਾ ਸਿੰਘ ਭੋਗਲ ਨੇ ਤੇ ਐਂ ਦਾ ਹੋਵੇ ਵੀ ਮੰਨ ਲਓ ਵੀ ਡਾਕਟਰ ਪਿਆਰਾ ਸਿੰਘ ਭੋਗਲ ਨੇ ਕਿਹੜੇ ਕਿਸਾਕਾਰ ਦੇ ਕਿਸੇ ਨੂੰ ਰਵਾਇਤੀ ਬਿਆਨ ਕਿਹਾ ਕਿਹੜੇ ਕਿਸਾਕਾਰ ਦੇ ਤੇ ਆਪਾਂ ਨੂੰ ਹੋਵੇ ਵੀ ਸੱਸੀ ਪੁੰਨੂ ਦੇ ਬਾਰੇ ਤਾਂ ਕਿਹਾ ਹੈ ਠੀਕ ਆ ਕਿਸੇ ਦੇ ਬਾਰੇ ਪਰ ਇਹ ਨਾ ਪਤਾ ਹੋਵੇ ਥੱਲੇ ਵੀ ਕਿਹੜੇ ਦੇ ਕਿਸੇ ਦੇ ਬਾਰੇ ਕਿਹਾ ਕਿਉਂਕਿ ਸੱਸੀ ਪੁੰਨੂ ਤਾਂ ਕਈਆਂ ਨੇ ਲਿਖਿਆ ਹੈ ਨਾ ਉੱਥੇ ਆਪਸ਼ਨ ਹਾਫਿਜ਼ ਬਰਖੁਰਦਾਰ ਵੀ ਪਾ ਦੇ ਹਾਸ਼ਮ ਸ਼ਾਹ ਵੀ ਪਾ ਦੇ ਆਪਸ਼ਨ ਤੇ ਆਪਾਂ ਨੂੰ ਤਾਂ ਇਹ ਲੱਗੂ ਵੀ ਪ੍ਰਸਿੱਧ ਬਾਰੇ ਪੁੱਛਿਆ ਹੋਣਾ ਇਹਨੇ ਕਿਉਂਕਿ ਪ੍ਰਸਿੱਧ ਹਾਸ਼ਮ ਸ਼ਾਹ ਦਾ ਹੈ ਪਰ ਇਹ ਕੀ ਕਿਆ ਕੀਤੇ ਬਾਰੇ ਹਾਫਿਜ਼ ਬਰਖੁਰਦਾਰ ਦੇ ਬਾਰੇ ਇੰਨੇ ਕਈ ਪ੍ਰਸ਼ਨ ਥੋੜੇ ਜਿਹਾ ਯਾਦ ਵਾਰੀ 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 ਰਿਪੀਟ ਧਿਆਨ ਚ ਗਿਰਪਾਲ ਸਿੰਘ ਕਠੇ ਕਸੇਲ ਨੇ ਕਠੇਲ ਨਹੀਂ ਹੋਏ ਕਸੇਲ ਗ੍ਰਿਪਾਲ ਕਸੇਲ ਨੇ ਹੇਠ ਲਿਖੀਆਂ 17 ਦੇ ਆਧਾਰ ਤੇ ਉਸ ਨੂੰ ਲੋਕ ਸ਼ੈਲੀ ਦਾ ਉਸਤਾਦ ਕਵੀ ਆਖਿਆ ਸਭ ਤੋਂ ਪਹਿਲੀ ਗੱਲ ਤੁਸੀਂ ਯਾਦ ਰੱਖਣੀ ਹੈ ਵੀ ਹਾਫਿਜ਼ ਬਰਖੁਰਦਾਰ ਨੂੰ ਲੋਕ ਕਵੀ ਦਾ ਉਸਤਾਦ ਸ਼ੈਲੀ ਕਿਹਨੇ ਕਿਹਾ ਜੀ ਗ੍ਰਿਪਾਲ ਸਿੰਘ ਕਸੇਲ ਨੇ ਕਿਹੜੀਆਂ ਪੰਕਤੀਆਂ ਦੇ ਆਧਾਰ ਤੇ ਕਹਿਆ ਕਹਿੰਦਾ ਹਾਫਿਜ਼ ਜੇ ਰੱਬ ਆਵੇ ਮਿਹਰ ਤੇ ਕਲਰ ਕੋਲ ਕਰੇ ਸੁੱਕੇ ਢੀਂਗਰ ਕੁਦਰਤੀ ਕਰਦਾ ਰੱਬ ਹਰੇ ਰੱਬ ਭਰਿਆ ਤੋਂ ਕਰਦਾ ਸਖਣੇ ਖਾਲੀ ਫੇਰ ਭਰੇ ਯਾਰੋ ਜੱਡੀ ਕੁਦਰਤ ਰੱਬ ਨੂੰ ਐਡਾ ਕੌਣ ਕਰੇ ਇਨੀਆਂ ਇਹ ਸਤਰਾਂ ਦੇ ਆਧਾਰ ਤੇ ਕਿਰਪਾਲ ਸਿੰਘ ਕਸੇਲ ਕਹਿੰਦਾ ਵੀ ਹਾਫਿਜ਼ ਬਰਖੁਰਦਾਰ ਲੋਕਸ਼ਲੀ ਦਾ ਉਸਤਾਦ ਕਵੀ ਹੈ ਪ੍ਰਸ਼ਨ ਨੂੰ ਪਲਟਾ ਕੇ ਬਣਾਓ ਪਲਟਾ ਲੋ ਇਹਨੂੰ ਪ੍ਰਸ਼ਨ ਨੂੰ ਕਿਵੇਂ ਕਿਰਪਾਲ ਸਿੰਘ ਕਸੀਲ ਨੇ ਲੋਕਸ਼ੈਲੀ ਦਾ ਉਸਤਾਦ ਕਵੀ ਕਿਹੜੇ ਕਿੱਸਾਕਾਰ ਨੂੰ ਕਿਹਾ ਰੱਖ ਲਓਗੇ ਚੇਤੇ ਬਸ ਹੋਣ ਠੀਕ ਹੈ ਸੱਸੀ ਪੁੰਨੂ ਵਿੱਚ ਯਥਾਰਥਵਾਦੀ ਸ਼ੈਲੀ ਹੋਣ ਕਰਕੇ ਅਹਿਮਦ ਯਾਰ ਉਹਦੇ ਬਾਰੇ ਲਿਖਦਾ ਸੱਸੀ ਪੁੰਨੂ ਕਿੱਸਾ ਜਿਹੜਾ ਇਹਨੇ ਯਥਾਰਥਵਾਦੀ ਸ਼ੈਲੀ ਦੇ ਵਿੱਚ ਲਿਖਿਆ ਯਥਾਰਥਵਾਦੀ ਦਾ ਮਤਲਬ ਹੁੰਦਾ ਨੱਕ ਦੀ ਸਿੱਧੇ ਵਰਣਨ ਹਣਾ ਯਥਾਰਤਵਾਦੀ ਸ਼ੈਲੀ ਵਿੱਚ ਕਹਾਣੀ ਨੂੰ ਜਿਉਂਦਾ ਤਿਉਂ ਬਿਆਨ ਕਰਨਾ ਸੱਸੀ ਪੁੰਨੂ ਕਿਸੇ ਦੀ ਸ਼ੈਲੀ ਧਿਆਨ ਵਿੱਚ ਰੱਖਿਓ ਯਥਾਰਤਵਾਦੀ ਸ਼ੈਲੀ ਹੈ ਨੱਕ ਦੀ ਸਿੱਧੇ ਉਹ ਹਕੀਕਤ ਲਿਖੀ ਉਸ ਸੁਖਾਣੀ ਵੀ ਉਹਨੇ ਆਪਣੀ ਨੱਕ ਦੀ ਸਿੱਧੇ ਹਕੀਕਤ ਲਿਖੀ ਹੈ ਇਹਦਾ ਮਤਲਬ ਕੀ ਹੈ ਇੰਨੀ ਲਾਈਨ ਤੋਂ ਨੱਕ ਦੀ ਸਿੱਧੇ ਹਕੀਕਤ ਦਾ ਮਤਲਬ ਹੈ ਯਥਾਰਤਵਾਦੀ ਸ਼ੈਲੀ ਅਹਿਮਦ ਯਾਰ ਨੇ ਗੱਲ ਕੀਤੀ ਹੈ ਗੱਲ ਦਾ ਪੂਰਾ ਧਿਆਨ ਵਿੱਚ ਰੱਖਿਓ ਬੇਟਾ ਓਏ ਹੋ ਗਿਆ ਓਏ ਆ ਤਾਂ ਕਮਾਲ ਕਰਾਤੀ ਆਪਾਂ ਆਜੋ ਫਿਰ ਆਪਾਂ ਆਪਣੀ ਪੁਸਤਕ ਤੇ ਆਜ ਗੈਰਵੀਂ ਵਾਲੀ ਦਾ ਗੈਰਵੀਂ ਵਾਲੀ ਪੁਸਤਕ ਵੀ ਆਪਾਂ ਨਾਲ ਲੱਗਦੀ ਦੇਖਤਾ ਲਈਏ ਹਾਂ ਮੈਂ 5 ਫਰਵਰੀ ਨੂੰ ਭੇਜੀ ਸੀ ਮੈਨੂੰ ਲੱਗਦਾ ਚਾਰ ਆ ਗਈ ਈਮੇਲਿੰਗ ਪੰਜਾਬੀ ਆ ਰਹੀ ਇਹਦੇ ਵਿੱਚ ਵੀ ਹਾਫਿਜ਼ ਬਰਖਰਦਾਰ ਵਾਲੇ ਵੇਖ ਲਈਏ ਆਪਾਂ ਵੀ ਕੀ ਕਹਣਾ ਆ ਨਾ ਜਿਹੜੀ ਕਿਤਾਬ ਹੈ ਇਹਨੂੰ ਮੈਂ ਅਲੱਗ ਤੋਂ ਪੜ੍ਹਾਉਂਗਾ ਤੁਹਾਨੂੰ ਪੂਰੀਆਂ ਗੱਲਾਂ ਇਹਦੇ ਵਿੱਚ ਬੜੀਆਂ ਇੰਪੋਰਟੈਂਟ ਗੱਲਾਂ ਮੈਂ ਤਾਂ ਪੜ੍ਹਾਉਣਾ ਸਕੂਲ 'ਚ ਮੈਨੂੰ ਪਤਾ ਹੈ ਨਾ ਵੀ ਇਹਦੇ ਵਿੱਚ ਕਿੰਨੀਆਂ ਮੈਂ ਜਦੋਂ ਬਰੀਕੀ ਨਾਲ ਪੜਦਾ ਆਂ ਫਿਰ ਮੈਨੂੰ ਵੀ ਪਤਾ ਲੱਗਦਾ ਵੀ ਓਹੋ ਆਹ ਗੱਲ ਤਾਂ ਮੈਨੂੰ ਵੀ ਪਤਾ ਨਹੀਂ ਸੀ ਕਈ ਵਾਰੀ ਹੋ ਹੀ ਜਾਂਦਾ ਹੈ ਹੁਣ ਮੈਂ ਕਿਹੜਾ ਕੋਈ ਵੀ ਦੇਵਤਾ ਵੀ ਸਾਰੀਆਂ ਗੱਲਾਂ ਮੈਨੂੰ ਯਾਦ ਰਹਿਣੀਆਂ ਹੈ ਨਾ ਹਾਂ ਆ ਜਾਓ ਲੈ ਆਇਆ ਆਪਣਾ ਮੁੰਡਾ ਹਾਫਿਜ਼ ਬਰਖਰਦਾਰ ਚੱਕ ਲੈ ਹਾਫਿਜ਼ ਬਰਖਰਦਾਰ ਆ ਗਿਆ ਹਾਂ ਵੀ ਸ਼ੇਰਾ ਇਤਿਹਾਸ ਵਿੱਚ ਇਸ ਦਾ ਦੋ ਕਵੀਆਂ ਦੇ ਵਿੱਚ ਜ਼ਿਕਰ ਕਰਦੇ ਆ ਜੀ ਇੱਕ ਕਹਿੰਦੇ ਜੀ ਮੁਸਲਮਾਨੀ ਪਿੰਡ ਦਾ ਰਹਿਣ ਵਾਲਾ ਇੱਕ ਤਖਤ ਹਜਾਰੇ ਦਾ ਮੁਸਲਮਾਨੀ ਵਾਲਾ ਜਿਹੜਾ ਹਾਫਿਜ਼ ਬਰਕਰਾਰ ਸੀ ਉਹ ਔਰੰਗਜ਼ੇਬ ਦਾ ਸਮਕਾਲੀ ਸੀ ਤੇ ਦੂਜਾ ਸੀਗਾ ਵਾਰੀ ਸ਼ਾਹ ਦਾ ਸਮਕਾਲੀ ਇਹਦਾ ਮਤਲਬ ਇਹ ਆ ਵੀ ਆਪਾਂ ਜਿਹੜਾ ਪੜ੍ਹਨਾ ਹੋ ਮੁਸਲਮਾਨੀ ਪਿੰਡ ਵਾਲਾ ਪੜ੍ਹਨਾ ਹੈ ਦੋਵੇਂ ਆਪਣੇ ਨਾਮ ਨਾਲ ਹਾਫਿਜ਼ ਸ਼ਬਦ ਦੂਜੇ ਦਾ ਨਾਮ ਅਸਲ ਵਿੱਚ ਰਾਂਝਾ ਬਰਕਰਾਰ ਸੀ ਦੋ ਪਹਿਲੇ ਤੋਂ ਸਾਲ ਪਹਿਲੇ ਤੋਂ ਸਾਲ ਮਗਰ ਹੋਇਆ ਸੀ 100 ਸਾਲ ਮਗਰ ਹੋਇਆ ਸੀ ਪਹਿਲੇ ਤੋਂ 100 ਦੋਵਾਂ ਨੇ ਕਿਸੇ ਅਤੇ ਇਸਲਾਮੀ ਸ਼ਰਹਾਂ ਨਾਲ ਸੰਬੰਧਿਤ ਪੁਸਤਕਾਂ ਲਿਖੀਆਂ ਦੋਵਾਂ ਦੀਆਂ ਰਚਨਾਵਾਂ ਆਪਸ ਦੇ ਵਿੱਚ ਮਿਸ਼ਰਤ ਹੋ ਗਈਆਂ ਚਲੋ ਠੀਕ ਹੈ ਆਪਾਂ ਹੁਣ ਆਪਾਂ ਇੱਥੇ ਪਿੰਡ ਮੁਸਲਮਾਨੀ ਜ਼ਿਲ੍ਹਾ ਸਰਗੋਦਾ ਪਾਕਿਸਤਾਨ ਪਿੰਡ ਮੁਸਲਮਾਨੀ ਜਿਹੜਾ ਡਾਕਟਰਜੀਤ ਸਿੰਘ ਸ਼ੀਤਲ ਦੇ ਅਨੁਸਾਰ ਬਾਅਦ ਵਿੱਚ ਪਿੰਡ ਚਿੱਟੀ ਦੇ ਵਿੱਚ ਵਸ ਗਿਆ ਸੀ ਉਹਦੇ ਬਾਰੇ ਗੱਲ ਕਰਨੀ ਹੈ ਰਹਿਣ ਵਾਲੇ ਹਾਫਿਜ਼ ਬਰਖੁਰਦਾਰ ਬਰੈਕਟ ਦੇ ਵਿੱਚ ਲਿਖਿਆ ਵੀ ਜੋ ਰਾਂਝਾ ਬਰਖੁਰਦਾਰ ਨਹੀਂ ਆਪਾਂ ਹੋ ਸਕਦਾ ਮੈਂ ਸ਼ੁਰੂ ਦੇ ਵਿੱਚ ਵੀਡੀਓ 'ਚ ਕਹਤਾ ਹੋਏ ਵੀ ਰਾਂਝਾ ਬਰਖੁਰਦਾਰ ਨਹੀਂ ਰਾਂਝਾ ਬਰਖੁਰਦਾਰ ਦੇ ਬਾਰੇ ਨਹੀਂ ਪੜ੍ਹਨਾ ਰਾਂਝਾ ਬਰਖੁਰਦਾਰ ਤਾਂ ਆ ਜਿਹੜੇ ਹਾਫਿਜ਼ ਬਰਖੁਰਦਾਰ ਤੋਂ 100 ਸਾਲ ਬਾਅਦ ਦੇ ਵਿੱਚ ਹੋਇਆ ਹੈ ਵਾਰਿਸ਼ਾ ਦੇ ਕਾਲ ਵਿੱਚ ਅਹਿਮਦਿਆਰ ਨੇ ਥੀਕਾ ਗੱਲ ਆ ਗਈ ਸੀ ਆਪਣੇ ਕੋਲੇ ਹਨਾ ਮੀਆਂ ਮੁਹੰਮਦ ਬਖਸ਼ ਵੀ ਆ ਗਿਆ ਸੀ ਗੋਰ ਚਿੱਟੀ ਪਰ ਆ ਗੱਲ ਧਿਆਨ ਰੱਖਿਓ ਵੀ ਅਹਿਮਦ ਯਾਰ ਨੇ ਤਾਂ ਪਿੰਡ ਦਾ ਨਾਮ ਮੁਸਲਮਾਨੀ ਲਿਖਿਆ ਅਹਿਮਦ ਯਾਰ ਨੇ ਮੁਸਲਮਾਨੀ ਲਿਖਿਆ ਤੇ ਮੁਹੰਮਦ ਬਖਸ਼ ਨੇ ਚਿੱਠੀ ਲਿਖਿਆ ਆ ਗੱਲਾਂ ਚੇਤੇ ਰੱਖਿਓ ਦੋ ਇਹ ਗੱਲ ਤੁਹਾਨੂੰ ਪਰਮਾਨਾ ਨਹੀਂ ਦੇਣਾ ਆਪਣੇ ਹਿਸਾਬ ਨਾਲ ਕੋਈ ਬਣਾ ਲਿਓ ਵੀ ਟਰਿਕ ਹੂੰ ਮਿਰਜ਼ਾ ਸਾਹਿਬਾਂ ਸੱਸੀ ਪੁੰਨੂ ਜਸਪੁ ਜੁਲੈਖਾ ਤਿੰਨ ਕਿਰਪਾਲ ਸਿੰਘ ਕਿਸੇਰ ਉਸ ਦੀਆਂ ਤਿੰਨ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦੇ ਆ ਆ ਗਈ ਸੀ ਗੱਲ ਮਿਰਜ਼ਾ ਸਾਹਿਬਾਂ ਹਾਫਿਜ਼ ਬਖਰਖੁਰਦਾਰ ਦਾ ਪਹਿਲਾ ਕਸਾ ਹੈ ਬਸ ਮੈਂ ਹੋ ਸਕਦਾ ਨੋਟਸਾਂ ਦੇ ਵਿੱਚ ਕੋਈ ਇੱਧਰ ਉੱਧਰ ਲਿਖਤਾ ਹੋਵੇ ਪਰ 11ਵੀਂ ਵਾਲੀ ਪੁਸਤਕ ਨੂੰ ਤੁਸੀਂ ਆਧਾਰ ਬਣਾਉਣਾ ਕਿਉਂਕਿ ਮੈਂ ਇਹਦੀਆਂ ਗੱਲਾਂ ਨਹੀਂ ਐਡ ਕੀਤੀਆਂ ਵਿੱਚ ਮੈਂ ਕਿਹਾ ਇਹਨੂੰ ਮੈਂ ਐਡ ਤੋਂ ਡਿਸਕਸ ਕਰ ਲਾਂਗੇ ਹੁਣ ਧਿਆਨ ਰੱਖਿਓ ਵੀ ਜੇ ਪੁੱਛਿਆ ਜਾਵੇ ਪ੍ਰਸ਼ਨ ਵੀ ਹਾਫਿਜ਼ ਬਰਖੁਰਦਾਰ ਦਾ ਪਹਿਲਾ ਕਿੱਸਾ ਕਿਹੜਾ ਹੈ ਤਾਂ ਯਾਦ ਰੱਖਿਓ ਮਿਰਜ਼ਾ ਸਾਹਿਬਾ ਯਾਦ ਰੱਖਿਓ ਮਿਰਜ਼ਾ ਸਾਹਿਬਾ ਇਸ ਕਿੱਸੇ ਦੀ ਕਥਾ ਤੇ ਛੰਦ ਸ਼ੈਲੀ ਪਿੱਲੂ ਵਾਲੀ ਅਧੂਰੀ ਨੂੰ ਸੰਪੂਰਨ ਬਿਆਨ ਕੀਤਾ ਠੀਕ ਹੈ ਕਿਸੇ ਵਿੱਚ ਪੇਸ਼ ਕਰਤੀਆਂ ਗੱਲਾਂ ਅਦਲ ਬਦਲ ਕੇ ਹੈ ਠੀਕ ਹੈ ਹਾਫਿਜ਼ ਨੇ ਇਸ ਵਿੱਚ ਪੰਜਾਬੀ ਕਿੱਸਾ ਜਗਤ ਵਿੱਚ ਪਹਿਲੀ ਵਾਰ ਕਿਸੇ ਦਾ ਆਰੰਭ ਨਾਇਕਾ ਦੀ ਸੁੰਦਰਤਾ ਦੇ ਵਰਣਨ ਤੋਂ ਕੀਤਾ ਹੈ ਬਹੁਤ ਇੰਪੋਰਟੈਂਟ ਲਾਈਨ ਇਹ ਇੱਕ ਇਹ ਕਿੱਸਾ ਹੋਇਆ ਪਹਿਲਾ ਕਿੱਸਾ ਵੀ ਜਿਹਦੇ ਵਿੱਚ ਨਾਇਕਾ ਦੀ ਸੁੰਦਰਤਾ ਤੋਂ ਸ਼ੁਰੂ ਕੀਤਾ ਗਿਆ ਜਿਹੜਾ ਉਹ ਹੈਗਾ ਜੀ ਕਿੱਸਾ ਮਿਰਜ਼ਾ ਸਾਹਿਬਾਂ ਹਾਂ ਹਾਫਿਜ ਨਕਸ਼ਿਕ ਵਰਣਨ ਵਿਧੀ ਨੂੰ ਬਾ ਕਮਾਲ ਸਰ ਜਦਾ ਨਕਸ਼ਿਕ ਵਰਣਨ ਵਿਧੀ ਮਤਲਬ ਕੀ ਹੈ ਬਿਸਰ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਅੰਗੂਠੇ ਦੇ ਨਹੋਂ ਤੱਕ ਸੁੰਦਰਤਾ ਦਾ ਬਿਆਨ ਕਰਨਾ ਉਹਨੂੰ ਕਿਹਾ ਜਾਂਦਾ ਨਕਸ਼ਿਕ ਵਿਧੀ ਹਾਂ ਸਹਿਬਾ ਰੰਗ ਮਜੀਠ ਦਾ ਆ ਗਈ ਸੀ ਗੱਲ ਛੱਡੋ ਸਹਿਬਾਂ ਦੇ ਤਿੱਖੇ ਨੈਣ ਕਟਾਰੀਆਂ ਦੂਸਰ ਘਾਕ ਰੰ ਹੁਣ ਦੇਖ ਲਓ ਜੀ ਜੋ ਤੇਜੀ ਸੂਰਜ ਸਾਹਮਣੇ ਲਾਟਾਂ ਲੈਣ ਮਚੰ ਹੁਣ ਇਹਦੇ ਵਿੱਚ ਆਹ ਜਿਹੜਾ ਹੈਗਾ ਵੀ ਉਹਦੇ ਨੈਣ ਆ ਉਹ ਤਿੱਖੀ ਕੁਟਾਰ ਵਰਗੇ ਆ ਹਨਾ ਐਵੇਂ ਕਰਕੇ ਐਵੇਂ ਵੀ ਮਤਲਬ ਬੜੀਆਂ ਲਿਖਿਆ ਚਲੋ ਠੀਕ ਹੈ ਛੱਡੋ ਇਸ ਗੱਲ ਨੂੰ ਆਪਣੀ ਗੱਲ ਕਲੀਅਰ ਹੋ ਗਈ ਆਪਾਂ ਗੱਲ ਕਲੀਅਰ ਕਰਨੀ ਸੀ ਆਪਣੀ हां सस्सी पुन्नू ਜਿਹੜਾ ਇਹ ਦੂਸਰਾ ਕਿੱਸਾ ਹਾਫਿਜ਼ ਬਰਖੁਰਦਾਰ ਨੇ ਲਿਖਿਆ ਸਭ ਤੋਂ ਪਹਿਲਾਂ ਸੱਸੀ ਪੁੰਨੂ ਦੀ ਰਚਨਾ ਹਾਫਿਜ਼ ਬਰਖੁਰਦਾਰ ਨੇ ਕੀਤੀ ਹੈ ਜੀ ਇਹ ਕਿੱਸਾ ਯਥਾਰਤਵਾਦੀ ਸ਼ੈਲੀ ਵਿੱਚ ਅਹਿਮਦ ਯਾਰ ਨੇ ਗੱਲ ਕੀਤੀ ਸੀ ਨਾ ਨੱਕ ਦੀ ਸਿੱਧੇ ਵਾਲੀ ਉਹ ਯਥਾਰਤਵਾਦੀ ਸ਼ੈਲੀ ਕਰਕੇ ਲਿਖੀ ਆ ਡਾਕਟਰ ਵਿਦਵਾਨਾਂ ਅਨੁਸਾਰ ਇਹ ਕਿੱਸਾ ਪੂਰਾ ਨਹੀਂ ਇਸਦੇ ਕੁੱਲ ਬੰਦ 51 ਹਨ ਗੱਲ ਕਲੀਅਰ ਹੋ ਗਈ ਸੀ ਡਾਕਟਰ ਪਿਆਰਾ ਸਿੰਘ ਪੋਗਲ ਕਹਿੰਦਾ ਵੀ ਰਵਾਇਤੀ ਜਿਆ ਬਿਆਨ ਆ ਇਹ ਕਿੱਸਾ ਯਾਦ ਰੱਖਿਓ ਇਸ ਗੱਲ ਨੂੰ ਕਿਰਪਾਲ ਸਿੰਘ ਕਸੇਲ ਕਹਿੰਦਾ ਬਿਕ ਇਹ ਜਿਹੜਾ ਕਿੱਸਾ ਹੈ ਇੱਕ ਇਹ ਕਿਸੇ ਦੀ ਗੱਲ ਕੀਤੀ ਉਹਨੇ ਸੱਸੀ ਪੁੰਨੂ ਕਿਸੇ ਦੇ ਬਾਰੇ ਕਿਹਾ ਉਹਨੇ ਉੱਥੇ ਮੈਂ ਨੋਟਿਸ ਦੇ ਵਿੱਚ ਨਹੀਂ ਲਿਖਿਆ ਹਨਾ ਵੀ ਕਿਹੜੇ ਕਿੱਸੇ ਦੇ ਬਾਰੇ ਕਿ ਕਿੱਸੇ ਕਿਹੜੇ ਚੋਂ ਪੰਕਤੀਆਂ ਲਈਆਂ ਕ੍ਰਪਾਲ ਸਿੰਘ ਕਸੇਲ ਨੇ ਹੁਣ ਇੱਥੇ ਗੱਲ ਕਲੀਅਰ ਹੋ ਗਈ 11ਵੀਂ ਵਾਲੀ ਪੁਸਤਕ ਦੇ ਵਿੱਚੋਂ ਵੀ ਇਹ ਜਣੀਆਂ ਗੱਲਾਂ ਸੱਸੀ ਪੁੰਨੂ ਕਿਸੇ ਚੋਂ ਲਈਆਂ ਸੱਸੀ ਪੁੰਨੂ ਦਾ ਉਦਾਹਰਣ ਹੈ ਆਹ ਉਦਾਹਰਣ ਹੈ ਜਿਹੜਾ ਇਹ ਸਾਡਾ ਇਹ ਸਾਡਾ ਹੈਗਾ ਹਾਂ ਸੱਸੀ ਪੁੰਨੂ ਦਾ ਉਦਾਹਰਣ ਸੱਸੀ ਪੁੰਨੂ ਹਾਂ ਆ ਜਿਹੜਾ ਉਦਾਹਰਣ ਲਓ ਅਸਸੀ ਪੁੰਨੂ ਦਾ ਉਦਾਹਰਣ ਧਿਆਨ ਰੱਖਿਓ ਇਸ ਗਾਇ ਨੂੰ ਕਿਰਪਾਲ ਸਿੰਘ ਕਸੇਲ ਸਰ ਲਤੇ ਠੇਠ ਭਾਸ਼ਾ ਵਿੱਚ ਲੋਕ ਉਕਤੀਆਂ ਲੋਕੋਕਤੀਆਂ ਜਿਨ੍ਹਾਂ ਨੂੰ ਮੁਹਾਵਰੇ ਕਹਿੰਦੇ ਨੇ ਆਪਾਂ ਲੋਕ ਉਕਤੀਆਂ ਨੂੰ ਲਿਖਣ ਕਰਕੇ ਹਾਫਿਜ਼ ਨੂੰ ਲੋਕ ਸ਼ੈਲੀ ਦਾ ਮਹਾਵਰੇ ਅਤੇ ਲੋਕੋਕਤੀਆਂ ਲੋਕ ਉਕਤੀ ਅਖਾਣ ਨੂੰ ਕਹਿੰਦੇ ਆ ਸ਼ਾਇਦ ਮੈਨੂੰ ਲੱਗਦਾ ਚਲੋ ਵੇਖ ਲਿਓ ਕਿਨੂੰ ਕਹਿੰਦੇ ਆ ਹਾਫਿਜ਼ ਨੇ ਸਸੀ ਦੀ ਕਹਾਣੀ ਨੂੰ ਰੋਮਾਂਟਿਕ ਰੰਗ ਨਹੀਂ ਦਿੱਤਾ ਪਰ ਦੋਹਾਂ ਪ੍ਰੇਮੀਆਂ ਦੀ ਮੌਤ ਉੱਥੇ ਪਸ਼ੂ ਪੰਛੀਆਂ ਦਾ ਰੁੱਧਨ ਅਤੇ ਪ੍ਰਕਿਰਤੀ ਦਾ ਦਰਵਤ ਭਰਿਆ ਚਿੱਤਰਣ ਬੜਾ ਕਲਾਮਈ ਹੈ ਇਸੇ ਕਰਕੇ ਇਸ ਨੂੰ ਕਿਹਾ ਹੈ ਵੀ ਇਹ ਇੱਕ ਇਹ ਜਿਹੜਾ ਉਦਾਹਰਣ ਮੈਂ ਉੱਥੇ ਲਿਖਿਆ ਸੀਗਾ ਇਸੇ ਕਰਕੇ ਇਹਨੂੰ ਕਿਹਾ ਹੈ ਵੀ ਲੋਕ ਕਲਾ ਦਾ ਉਸਤਾਦ ਕਵੀ ਇਹਨੂੰ ਕਿਹਾ ਹਾਫਿਜ਼ ਬਰਖੁਰਦਾਰ ਨੂੰ ਤ੍ਰਪਾਲ ਸਿੰਘ ਕਸੇਲ ਨੇ ਹਾਫਿਜ਼ ਜੇ ਰੱਬ ਆਵੇ ਮਹਿਰ ਤੇ ਕੱਲਰ ਕੌਣ ਕਰੇ ਸੁਕੇ ਢਿੰਗਰ ਕੁਦਰਤੀ ਕਰਦਾ ਰੱਬ ਹਰੇ ਰੱਬ ਭਰਿਆਂ ਤੋਂ ਕਰਦਾ ਸਖਨੇ ਖਾਲੀ ਫੇਰ ਭਰੇ ਯਾਰੋ ਜੇਡੀ ਕੁਦਰਤ ਰੱਬ ਨੂੰ ਐਡਾ ਕੌਣ ਕਰੇ ਠੀਕ ਹੈ ਯੂਸੁਫ ਜਲੇਖਾ ਹਾਫਿਜ਼ ਦੀ ਸਭ ਤੋਂ ਉਤਕ੍ਰਿਸ਼ਟ ਰਚਨਾ ਹੈ ਜੀ ਇਸਲਾਮੀ ਸੰਸਕ੍ਰਿਤੀ ਵਿੱਚ ਪ੍ਰਸਿੱਧ ਹੈ ਤੇ ਕੁਰਾਨ ਸ਼ਰੀਫ ਵਿੱਚ ਸੂਰਤ ਯੂਸੁਫ ਦੇ ਨਾਮ ਹੇਠੇ ਕਥਾ ਦਰਜ ਹੈ ਅਇਨੁਲ ਕਸ਼ਿਸ਼ ਸਾਰੀਆਂ ਕਥਾਵਾਂ ਤੋਂ ਸ੍ਰੇਸ਼ਟ उपाधि ਦਿੱਤੀ ਗਈ ਹੈ ਜੀ फारसी ਤੋਂ ਪੰਜਾਬੀ ਵਿੱਚ ਰੂਪਾਂਤਰਿਤ ਕੀਤਾ ਗਿਆ ਜੀ ਪਹਿਲੀ ਵਾਰ ਪੰਜਾਬੀ ਕਿਸਾਕਾ ਵਿੱਚ ਫਾਰਸੀ ਦੀ ਮਸਨਵੀ ਸ਼ੈਲੀ ਦਾ ਪ੍ਰਯੋਗ ਕਰਦਾ ਹੈ ਸਭ ਤੋਂ ਪਹਿਲਾਂ ਫਾਰਸੀ ਦੀ ਮਸਨਵੀ ਸ਼ੈਲੀ ਦਾ ਜੇ ਕਿਸੇ ਕਿਸੇ ਵਿੱਚ ਪ੍ਰਯੋਗ ਹੋਇਆ ਤਾਂ ਉਹ ਹੈਗਾ ਯੂਸਫ ਜਲੇਖਾ ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲੀ ਵਾਰ ਇਸ ਕਿਸੇ ਤੇ ਕਿਸੇ ਵਿਦੇਸ਼ੀ ਕਥਾ ਨੂੰ ਬਿਆਨ ਕਰਨ ਦਾ ਸਿਹਰਾ ਆਪਜ ਬਰਕਰਾਰ ਦੇ ਨਾਮ ਹੈ ਆ ਪਹਿਲੀ ਵਾਰ ਪਹਿਲੀ ਵਾਰ ਜੋ ਹੋਇਆ ਨਾ ਤੇ ਇਹ ਧਿਆਨ ਰੱਖਿਓ ਗੱਲਾਂ ਨੂੰ ਕਿਸੇ ਤੋਂ ਬਾਅਦ ਪੰਜਾਬੀ ਕਿੱਸਿਆਂ ਉਤੇ ਫਾਰਸੀ ਕਿੱਸਾ ਪਰੰਪਰਾ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਕਿਸਾ ਯੂਸਫ ਜਲੇਖਾ ਤੋਂ ਬਾਅਦ ਪੰਜਾਬੀ ਦੇ ਕਿੱਸਾ ਰਚਨਾਵਾਂ ਦੇ ਉੱਪਰ ਫਾਰਸੀ ਕਿੱਸਿਆਂ ਦਾ ਪ੍ਰਭਾਵ, ਫਾਰਸੀ ਮਸਨਵੀ ਸ਼ੈਲੀ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਡਾਕਟਰ ਮੋਹਨ ਸਿੰਘ ਦਿਵਾਨਾ ਅਤੇ ਡਾਕਟਰ ਜੀਤ ਸਿੰਘ ਸ਼ੀਤਲਪ ਆਪਣੇ ਇਤਿਹਾਸ ਦੇ ਇਤਿਹਾਸਾਂ ਵਿੱਚ ਹਾਫਿਜ਼ ਦੇ ਕਿੱਸੇ ਯੂਸਫ ਜਲੈਖਾ ਨੂੰ ਨਪੁੰਨ ਕਾਵਦਾ ਨਮੂਨਾ ਦੱਸਦੇ ਹਨ ਡਾਕਟਰ ਮੋਹਨ ਸਿੰਘ ਦਿਵਾਨਾ ਤੇ ਡਾਕਟਰ ਜੀਤ ਸਿੰਘ ਸ਼ੀਤਲ ਦੋਨਾਂ ਨੇ ਕਿਹਾ ਆ ਵੀ ਹਾਫਿਜ਼ ਦਾ ਕਿੱਸਾ ਜਿਹੜਾ ਉਹ ਯੂਸਫ ਜਲੈਖਾ ਦਾ ਕਰਕੇ ਉਹ ਨਪੁੰਨ ਕਾਵਦਾ ਨਮੂਨਾ ਹੈ ਇੱਕ ਇਸੇ ਨੂੰ ਪਹਿਲੀ ਵਾਰ ਪੰਜਾਬੀ ਵਿੱਚ ਰਚੇ ਜਾਣ ਦਾ ਮਨ ਤਾਂ ਪ੍ਰਾਪਤ ਹੈ ਪਰ ਇਹ ਲੋਕਮਨਾਂ ਚ ਹਰਮਨ ਪਿਆਰਾ ਨਹੀਂ ਹੋ ਸਕਿਆ ਦੂਜੇ ਕਿਸਿਆਂ ਨਾਲੋਂ ਇਸ ਵਿੱਚ ਫਾਰਸੀ ਸ਼ਬਦਾਵਲੀ ਦੀ ਬਹੁਤ ਜ਼ਿਆਦਾ ਵਰਤੋਂ ਹੈ ਵਧੇਰੇ ਕੀ ਬਹੁਤ ਵਰਤੋਂ ਕੀਤੀ ਹੈ ਅੰਨੀ ਪਾਤੀ ਅਨੇ ਫਿਰ ਜੂਸੁਪ ਦੇ ਜੁਲੈਖਾਂ ਦੀ ਸੁੰਦਰਤਾ ਨੂੰ ਬੜੇ ਕਲਾਤਮਕ ਅੰਦਾਜ਼ ਵਿੱਚ ਪੇਸ਼ ਕੀਤਾ ਧਿਆਨ ਰੱਖਿਓ ਜੂਸੁਪ ਦੀ ਸੁੰਦਰਤਾ ਦਾ ਵਾਰਨ ਨ ਭੁੱਲ ਗਏ ਉਹ ਫਕਰ ਨਾ ਦੇ ਲਾਫਾ ਵਿਸਰ ਗਈਆਂ ਜੂਸੁਪ ਦੇ ਵਲਤਾਰਿਆਂ ਵਾਂਗੂ ਤਰਤਰ ਵੇਖਣ ਪਈਆਂ ਅੱਛਾ ਹੁਣ ਦੇਖੋ ਜਲੇਖਾਂ ਦੀ ਸੁੰਦਰਤਾ ਲਓ ਜੀ ਨਕਸ਼ਿਕ ਵਿਧੀ ਦੀ ਇਹ ਤੁਹਾਨੂੰ ਗੱਲ ਕੀਤੀ ਸੀ ਨਾ ਮੈਨੂੰ ਪਤਾ ਸੀਗਾ ਵੀ ਇਹਨਾਂ ਇੱਕ ਕੀਰਤੀਮਾਨ ਕਰਕੇ ਛੱਡਣਾ ਹੈ ਹਾਫਿਜ਼ ਬਰਖੁਰਦਾਰ ਨੇ ਸੂਰਤ ਇਸ ਹਿਸਾਬੋਂ ਬਾਹਰ ਕਿਆ-ਕਿਆ ਸਿਫਤ ਕਜੀਵੇ ਮੂੰ ਮਹਿਤਾਬ ਸਨੂਬਰ ਕਾਮਤ ਅੱਖੀ ਰੋਸ਼ਨ ਦੀਵੇ ਪਲਕਾਂ ਤੀਰ ਕਮਾਨਾਂ ਅਬਰੂ ਦੰਦ ਚੰਬੇ ਦੀਆਂ ਕਲੀਆਂ ਨਾਜ਼ਕ ਬਦਨ ਸਰਾਹੀ ਗਰਦਨ ਉਂਗਲੀਆਂ ਜੋ ਫਲੀਆਂ ਠੋਡੀ ਸੇਬ ਅਲਫ ਜ਼ੂਬੀਨੀ ਲੋਗ ਨਵਾਬ ਸਮਾਵੇ ਗੁਲ ਲਾਲਾ ਤੋਂ ਰੰਗ ਸਵਾਇਆ ਦੇਖ ਪਰੀ ਸ਼ਰਮਾਵੇ ਇਹ ਨਜ਼ਾਰਾ ਆ ਗਿਆ ਕਿੰਨੀ ਹਾਂ ਆ ਗੁਲ ਲਾਲੇ ਦਾ ਵੀ ਗੁਲ ਲਾਲਾ ਵੜਾ ਹੋਗਾ ਇਹਦਾ ਇਹ ਮਤਲਬ ਹੁੰਦਾ ਹੈ ਪੋਸਟ ਦੇ ਫੁੱਲ ਨੂੰ ਕਹਿੰਦੇ ਗੁੱਲ ਲਾਲਾ ਪੋਸਟ ਦੇ ਬੂਟੇ ਨੂੰ ਲੱਗਿਆ ਹੋਇਆ ਫੁੱਲ ਗੁੱਲ ਲਾਲਾ ਬੜਾ ਲਾਲ ਹੁੰਦਾ ਰੰਗ ਦਾ ਪਰ ਉਹ ਕਹਿੰਦਾ ਵੀ ਉਹਨੂੰ ਵੀ پری ਨੂੰ ਦੇਖਦਾ ਨਾ ਜਦੋਂ ਗੁੱਲ ਲਾਲਾ ਉਹ ਵੀ ਸ਼ਰਮਾਉਂਦਾ ਦੇਖ ਲਓ ਕਿੰਨੀ ਸੁੰਦਰਤਾ ਬਿਆਨ ਕੀਤੀ ਇਹਨੂੰ ਨਕਸਕ ਵਿਧੀ ਦਾ ਵਰਣਨ ਮਤਲਬ ਵੱਖ-ਵੱਖ ਉਪਮਾਵਾਂ ਦੇ ਕੇ ਹੈ ਨਾ ਵੀ ਮੂੰਹ ਮਹਿਤਾਬ ਵਰਗਾ ਪਲਕਾ ਤੀਰ ਕਮਾਨਾ ਅਬਰੂ ਦੰਦ ਚੰਬੇ ਦੀਆਂ ਕਲੀਆਂ ਹੈ ਡਾਕਟਰ ਪਿਆਰ ਸਿੰਘ ਤਾਂ ਨਕੋਂ ਮੈਂ ਕਹ ਸੀ ਡਾਕਟਰ ਪਿਆਰਾ ਸਿੰਘ ਭੋਗਲ ਹੋਰ ਬੰਦਾ ਡਾਕਟਰ ਪਿਆਰ ਸਿੰਘ ਹੋਰ ਡਾਕਟਰ ਪਿਆਰ ਸਿੰਘ ਕੀ ਕਹਿੰਦਾ ਹਾਫਿਜ਼ ਬਰਖੁਰਦਾਰ ਦੇ ਕਿਸੇ ਯੂਸਫ ਜਲਾਖਾ ਵਿੱਚ ਜ਼ਿਕਰ ਕਰਦਾ ਹੋਇਆ ਲਿਖਦਾ ਹੈ ਆ ਗੱਲ ਹੋ ਗਈ ਸੀ ਕਲੀਅਰ ਆਪਣੀ ਬਸ ਨਿਸ਼ਚੈ ਹੀ ਜੀ ਹਾਫਿਜ਼ ਬਰਖੁਰਦਾਰ ਪੰਜਾਬੀ ਕਿੱਸਾ ਕਾਰੀ ਦੇ ਨਵੇਂ ਦੌਰ ਵਿੱਚ ਪ੍ਰਵੇਸ਼ ਕਰਦਾ ਠੀਕ ਹੈ ਕਰ ਗਿਆ ਪ੍ਰਵੇਸ਼ ਹਾਫਿਜ਼ ਬਰਖੁਰਦਾਰ ਹਾਫਿਜ਼ ਬਰਖੁਰਦਾਰ ਦਾ ਗ੍ਰਹਿ ਪ੍ਰਵੇਸ਼ ਕਰਾਤਾ ਆਪਾਂ ਲਓ ਜੀ ਹਾਫਿਜ਼ ਬਰਖੁਰਦਾਰ ਦੇ ਬਾਰੇ ਗੱਲਾਂ ਹੋ ਗਈਆਂ ਆਪਣੀਆਂ ਕਲੀਅਰ ਤੇ ਗੱਲ ਰੱਖਿਓ ਤੁਸੀਂ ਚੇਤੇ ਇਹ ਗੱਲਾਂ ਇਗਜ਼ਾਮ ਦੀ ਦ੍ਰਿਸ਼ਟੀ ਤੋਂ ਬੜੀਆਂ ਮਹੱਤਵਪੂਰਨ ਹੈ ਲਓ ਜੀ ਆਪਾਂ ਅਗਲੀ ਜਮਾਤ ਦੇ ਵਿੱਚ ਛੇਤੀ ਮਿਲਦੇ ਹਾਂ ਕਿਸਾਨਾਂ ਦੀ ਗੱਲ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ